ਪਰਿਸ਼ਦ ਵਿੱਚ ਗੁਰਦਾਸ ਸਰ ਇੱਕ ਪਾਵਨ ਫਰਮਾਨ ਹੈ, ਕਬ ਲਾਗੈ ਮਸਤਕ ਜਗ ਰਚ, ਦਰਸ ਦਇਆ ਦ੍ਰਿਗਨ ਕਬ ਦੇਖੋ, ਅੰਮ੍ਰਿਤ ਬਚਨ ਸੁਣੋ ਕਬ ਸਰਵਣ, ਕਬ ਰਸਨਾ ਬੇਨਤੀ ਬਸਿਖੋ। ਉਹ ਸਮਾਂ ਕਦੋਂ ਆਵੇ ਜਦੋਂ ਮੇਰਾ ਸਿਰ ਗੁਰੂ ਦੇ ਚਰਨਾਂ ਦੇ ਵਿੱਚ ਝੁਕਿਆ ਹੋਵੇ। ਦਰਸ ਦਇਆ ਦ੍ਰਿਗਨ ਕਬ ਦੇਖੋ ਤੇ ਮੈਂ ਉਸ ਕਰੁਣਾ ਵਿਧਾਨ ਅਕਾਲ ਪੁਰਖ ਦੇ ਦਰਸ਼ਨ ਕਰ ਰਿਹਾ ਹੋਵਾਂ। ਅੰਮ੍ਰਿਤ ਬਚਨ ਸੁਣੋ ਕਬ ਸਰਵਣ, ਮੈਂ ਆਪਣੇ ਕੰਨਾਂ ਦੇ ਨਾਲ ਉਸ ਪਰਮਾਤਮਾ ਦੇ ਅੰਮ੍ਰਿਤ ਬਚਨ ਸੁਣ ਰਿਹਾ ਹੋਵਾਂ ਤੇ ਉਹਨਾਂ ਬਚਨਾਂ ਨੂੰ ਸੁਣਨ ਤੋਂ ਬਾਅਦ ਮੇਰੀ ਜ਼ੁਬਾਨ ਦੇ ਉੱਪਰ ਇੱਕ ਅਰਦਾਸ ਹੋ ਗਿਆ। ਇਹ ਸਾਰੀਆਂ ਚੀਜ਼ਾਂ ਸਤਸੰਗਤ ਦੇ ਵਿੱਚ ਆਉਣਾ ਸੰਭਵ ਹੈ। ਸੁਭਾਗਾ ਸਮਾਂ ਹੈ, ਗੁਰੂ ਦੀ ਗੋਦ 'ਚ ਵੀ ਬੈਠੇ ਹੋ, ਨਤਮਸਤਕ ਵੀ ਹੋਏ ਹੋ, ਅੰਮ੍ਰਿਤ ਬਾਣੀ ਨੂੰ ਵੀ ਸੁਣਿਆ ਹੈ ਅਤੇ ਹਿਰਦੇ ਦੇ ਵਿੱਚ ਫਰਿਆਦ ਵੀ ਹੈ। ਸੋ ਇਸ ਭਾਗੇ ਸਮੇਂ 'ਤੇ, ਇਸ ਅੰਮ੍ਰਿਤਮਈ ਸਮੇਂ ਨੂੰ ਅੱਜ ਉਸ ਰੂਹਾਨੀਅਤ ਦਾ ਆਨੰਦ ਮਾਣਨ ਦੇ ਵਾਸਤੇ ਸ਼ਬਦ ਦੀ ਵਿਚਾਰ ਤੋਂ ਪਹਿਲਾਂ ਗੁਰਦੇਵ ਪਾਤਸ਼ਾਹ ਦੀ ਬਖਸ਼ਿਸ਼ ਮੁਕੱਦਸ ਸਤਿ ਗੁਰਾਂ ਦੇ ਜੀ ਗੱਜ ਕੇ ਆਖਿਓ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੇਰੇ ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਹੋਰਾਂ ਨੇ ਪਾਸਾ ਕੀ ਵਾਰ ਦੇ ਕੀਰਤਨ ਦੌਰਾਨ ਸ਼ਬਦ ਪੜਿਆ ਹੈ, ਸਤਿਗੁਰ ਕੀ ਸੇਵਾ ਕਾ ਖੜੀ ਸਿਰ ਦੀਜੇ ਆਪ ਗਵਾਏ ਜੀਓ। ਕਾਖੜੀ ਸ਼ਬਦ ਦੀ ਸਭ ਤੋਂ ਪਹਿਲਾਂ ਵਰਤੋਂ ਬਾਬਾ ਫਰੀਦ ਜੀ ਨੇ ਕੀਤੀ, ਕਿਉਂਕਿ ਇਹ ਸ਼ਬਦ ਮੁਲਤਾਨੀ ਭਾਸ਼ਾ ਚੋਂ ਆਇਆ ਹੈ ਜਿਸ ਦਾ ਅਰਥ ਹੈ ਬਹੁਤ ਔਖਾ, ਫਰੀਦਾ ਦਰ ਦਰਵੇਸ਼ੀ ਕਾਖੜੀ, ਬੜੀ ਔਖੀ ਹੈ। ਔਖੀ ਕਿਉਂ ਹੈ? ਸ਼ਬਦ ਦੇ ਦੌਰਾਨ ਭਾਈ ਸਾਹਿਬ ਨੇ ਆਪ ਨੂੰ ਦੱਸ ਵੀ ਦਿੱਤਾ ਹੈ, ਸਿਰ ਦੀਜੇ ਆਪ ਗਵਾਏ ਜੀ। ਸਿਰ ਦਿੱਤਾ ਕਦੋਂ ਜਾ ਸਕਦਾ? ਜਦੋਂ ਆਪਾ ਗਵਾ ਦਿੱਤਾ ਜਾਵੇ। ਹੁਣ ਆਪਾ ਹੈ ਕੀ? ਤੁਸੀਂ ਆਸਾ ਦੀ ਵਾਕ ਸਰਵਣ ਕੀਤਾ ਹੈ, ਹਉਮੈ ਦੀਰਘ ਰੋਗ ਹੈ, ਦਾਰੂ ਵੀ ਇਸਮਾ ਹੈ। ਆਪੇ ਨੂੰ ਜਿਤਾਉਣਾ ਕਿ ਮੈਂ ਹਾਂ, ਇਹ ਸਭ ਤੋਂ ਵੱਡਾ ਰੋਗ ਹੈ। ਪਰ ਗੁਰਬਾਣੀ ਇਹ ਵੀ ਕਹਿੰਦੀ ਹੈ ਕਿ ਇਸਦਾ ਦਾਰੂ ਵੀ ਹੈ, ਇਸਦਾ ਇਲਾਜ ਵੀ ਹੈ। ਜੇ ਹਉਮੈ ਰੋਗ ਹੈ ਤੇ ਇਸਦਾ ਇਲਾਜ ਵੀ ਹੈ ਤੇ ਫਿਰ ਇਲਾਜ ਕੀ ਹੈ? ਕਿਰਪਾ ਕਰੇ ਜੇ ਆਪਣੀ ਤਾਂ ਗੁਰੂ ਦਾ ਸ਼ਬਦ ਕਮਾ। ਗੁਰੂ ਦਾ ਸ਼ਬਦ ਕਮਾਉਣ ਦੇ ਨਾਲ, ਗੁਰੂ ਦੇ ਨਾਲ ਜੁੜਨ ਦੇ ਨਾਲ ਇਹ ਜਿਹੜਾ ਰੋਗ ਹੈ ਇਹ ਖਤਮ ਹੋ ਸਕਦਾ ਹੈ। ਤੇ ਜਦੋਂ ਇਹ ਰੋਗ ਖਤਮ ਹੋ ਸਕਦਾ ਹੈ ਫਿਰ ਅਗਲੀ ਅਵਸਥਾ ਕਿਹੜੀ ਹੈ? ਸਿਰ ਦੀਜੇ, ਡੈਡੀਕੇਸ਼ਨ, ਸਮਰਪਣ, ਆਪਣਾ ਆਪਾ ਕੁਰਬਾਨ ਕਰ ਦਿਓ, ਆਪਾ ਗੁਰੂ ਦੇ ਚਰਨਾਂ 'ਚ ਰੱਖ ਦੇਣਾ। ਤੇ ਆਪਾਂ ਗੁਰੂ ਦੇ ਚਰਨਾਂ 'ਚ ਰੱਖਣ ਤੋਂ ਬਾਅਦ ਫਿਰ ਅਵਸਥਾ ਕਿਹੜੀ ਮਿਲਦੀ ਹੈ? ਨਾਨਕ ਜੀਵ ਤਿਆਂ ਮਰ ਰਹੀਏ ਐਸਾ ਜੋਗ ਕਮਾਈਏ। ਮਰਨ ਦੇ ਭੈ ਤੋਂ ਮੁਕਤੀ ਤੇ ਜਿਉਂਦਿਆਂ ਮਰ ਰਹੀਏ, ਤੇ ਉਹ ਮਰਨਾ ਕਿਵੇਂ ਦਾ? ਸ਼ਬਦ ਤੋਂ ਬਿਨਾਂ ਸੰਭਵ ਨਹੀਂ। ਸ਼ਬਦ ਮਰੈ ਫਿਰ ਜੀਵੇ ਸਦ ਹੀ, ਤਾਂ ਫਿਰ ਮਰਨ ਨਾ ਹੋਈ। ਇਤਿਹਾਸ ਦੇ ਵਿੱਚ ਇੱਕ ਪ੍ਰਮਾਣ ਵੇਖੀ ਇਸ ਨੂੰ ਲੈ ਕੇ ਕਿ ਸੱਚਮੁੱਚ ਸ਼ਬਦ ਦੇ ਨਾਲ ਜੁੜਨ ਦੇ ਨਾਲ ਮਨੁੱਖ ਸਰੀਰਕ ਮੌਤ ਦੇ ਭੈ ਤੋਂ ਮੁਕਤ ਹੁੰਦਾ ਤੇ ਆਤਮਕ ਜੀਵਨ ਮਿਲਦਾ ਹੈ। ਔਰੰਗਜ਼ੇਬ ਦਾ ਦਰਬਾਰ ਲੱਗਾ ਹੋਇਆ, ਉਸ ਦਰਬਾਰ ਦੇ ਵਿੱਚ ਇਸਲਾਮ ਦੇ ਚੌਥੇ ਖਲੀਫੇ ਦੀ ਇੱਕ ਚਿੱਠੀ ਆਈ ਹੈ। ਇਸਲਾਮ ਦੀ ਧਾਰਮਿਕ ਖਲੀਫਿਆਂ ਦੀ ਭਾਸ਼ਾ ਅਰਬੀ ਹੈ, ਅਰੇਬਿਕ, ਤੇ ਔਰੰਗਜ਼ੇਬ ਦੇ ਰਾਜ ਦੀ ਭਾਸ਼ਾ ਪਰਸ਼ੀਅਨ ਹੈ।
ਦੋਹਾਂ ਦੇ ਵਿੱਚ ਅੰਤਰ ਹੈ। ਚਿੱਠੀ ਅਰੈਬਿਕ ਸਕ੍ਰਿਪਟ ਦੇ ਵਿੱਚ ਹੈ, ਭਾਸ਼ਾ ਫਾਰਸੀ ਹੈ। ਔਰੰਗਜ਼ੇਬ ਆਪਣੇ ਦਰਬਾਰ ਦੇ ਸਾਰੇ ਦਾਨਿਸ਼ਮੰਦ, ਵਾਇਸ, ਹਾਫਿਜ, ਸਕਾਲਰ, ਵਿਦਵਾਨ ਬੁਲਾਉਂਦਾ ਦਰਬਾਰੇ ਖਾਸ ਦੇ ਵਿੱਚ। ਸਾਰਿਆਂ ਨੂੰ ਕਹਿੰਦਾ ਇਸ ਚਿੱਠੀ ਨੂੰ ਟਰਾਂਸਲੇਟ ਕਰੋ। ਚਿੱਠੀ ਹੈ ਵੀ ਪੋਇਟਰੀ ਫਾਰਮ ਦੇ ਵਿੱਚ, ਕਵਿਤਾ ਦੇ ਵਿੱਚ ਹੈ, ਅਰੇਬਿਕ ਸਕ੍ਰਿਪਟ ਦੇ ਵਿੱਚ ਟਰਾਂਸਲੇਟ ਕਰੋ। ਸਾਰੇ ਉੱਥੇ ਕੋਸ਼ਿਸ਼ ਕਰਦੇ ਨੇ, ਟਰਾਂਸਲੇਸ਼ਨ ਨਹੀਂ ਹੋ ਰਹੀ। ਅਖੀਰ ਦੇ ਵਿੱਚ ਬੈਠਾ ਇੱਕ ਵਿਦਵਾਨ ਖੜਾ ਹੁੰਦਾ ਔਰੰਗਜ਼ੇਬ ਦੇ ਸਾਹਮਣੇ, ਉਸ ਚਿੱਠੀ ਨੂੰ ਟਰਾਂਸਲੇਟ ਵੀ ਕਰ ਦਿੰਦਾ ਹੈ ਤੇ ਟਰਾਂਸਲੇਟ ਵੀ ਕਰ ਦਿੰਦਾ ਹੈ। ਉਸ ਨੂੰ ਕਵਿਤਾ ਤੋਂ ਵਾਰਤਕ ਦੇ ਵਿੱਚ ਵੀ ਕਰ ਦਿੰਦਾ ਹੈ ਤੇ ਅਰਬੀ ਤੋਂ ਫਾਰਸੀ ਦੇ ਵਿੱਚ ਵੀ ਕਰ ਦਿੰਦਾ ਹੈ। ਔਰੰਗਜ਼ੇਬ ਬੜਾ ਪ੍ਰਸੰਨ ਹੁੰਦਾ ਹੈ, ਜ਼ਮੀਨ ਨੂੰ ਹੱਥ ਲਾਇਆ ਕਹਿੰਦਾ ਲਾਹੌਰ ਕੋ ਬਦਲਾ, ਮੇਰੇ ਰਾਜ ਦੇ ਵਿੱਚ ਇੰਨੇ ਚੰਗੇ ਸਕਾਲਰ ਨੇ, ਇੰਨੇ ਚੰਗੇ ਵਿਦਵਾਨ ਨੇ। ਉਸਦੇ ਕੋਲ ਖੜਾ ਸੀ ਸ਼ਾਹੀ ਕਾਜ਼ੀ। ਇਹ ਜਿਹੜਾ ਸ਼ਾਹੀ ਕਾਜ਼ੀ ਸੀ, ਇਹ ਕਾਜ਼ੀ ਬਹਾਬੂਦੀਨ ਦਾ ਬੇਟਾ ਸੀ। ਕਾਜ਼ੀ ਬਹਾਬੂਦੀਨ ਉਹ ਕਾਜ਼ੀ ਸੀ ਜਿਸ ਨੇ ਗੁਰਦੇਵ ਬਹਾਦਰ ਸਾਹਿਬ ਨੂੰ ਸ਼ਹੀਦ ਕਰਨ ਦਾ ਫਤਵਾ ਜ਼ਾਰੀ ਕੀਤਾ ਸੀ। ਹੁਣ ਤੱਕ ਉਸਦੀ ਮੌਤ ਹੋ ਚੁੱਕੀ ਸੀ। ਉਸਦੀ ਮੌਤ ਕਿਵੇਂ ਹੋਈ? ਔਰੰਗਜ਼ੇਬ ਦੀ ਇੱਕ ਰਾਜ ਦੀ ਡਾਇਰੀ ਹੈ ਜਿਸ ਨੂੰ ਅਸੀਂ ਰੋਜ਼ ਜਾਣ ਚੁੱਕੇ ਹਾਂ, ਜਿਸ ਰੋਜ਼ ਦੀਆਂ ਖ਼ਬਰਾਂ ਦਰਜ ਕੀਤੀਆਂ ਜਾਂਦੀਆਂ। ਉਹਦੇ ਵਿੱਚ ਤਿੰਨ ਖ਼ਬਰਾਂ ਬੜੀਆਂ ਅਹਿਮ ਨੇ। ਉਸ ਨੂੰ ਕਿਹਾ ਜਾਂਦਾ ਮੌਸੇ ਆਲਮਗੀਰ ਪਰਸ਼ੀਅਨ ਦੇ ਵਿੱਚ। ਤਿੰਨ ਖ਼ਬਰਾਂ ਬੜੀਆਂ ਅਹਿਮ ਨੇ। ਪਹਿਲੀ ਖ਼ਬਰ ਔਰੰਗਜ਼ੇਬ ਦੇ ਦਰਬਾਰ ਦੇ ਵਿੱਚ ਪਹੁੰਚੀ ਹੈ, ਬਾਦਸ਼ਾਹ ਸਲਾਮਤ, ਜਿਸ ਕਾਜ਼ੀ ਸਾਹਿਬ ਨੇ, ਮੈਂ ਸ਼ਬਦ ਵਰਤਣ ਦੀ ਗੁਸਤਾਖੀ ਕਰ ਲੱਗਾ ਗੁਰਦੇਵ ਬਹਾਦਰ ਸਾਹਿਬ ਦੇ ਬਾਰੇ, ਜਿਸ ਕਾਜ਼ੀ ਸਾਹਿਬ ਨੇ ਸਿੱਖਾਂ ਦੇ ਗੁਰੂ ਤੇਗੇ ਨੂੰ ਕਤਲ ਕਰਨ ਦਾ ਫਤਵਾ ਜ਼ਾਰੀ ਕੀਤਾ ਸੀ, ਉਹ ਕਾਜ਼ੀ ਸਾਹਿਬ ਬਿਮਾਰ ਹੈ। ਤੇਗਾ ਸ਼ਬਦ ਇੱਥੇ ਗੁਰਦੇਵ ਬਹਾਦਰ ਸਾਹਿਬ ਦੇ ਵਾਸਤੇ ਉੱਤਰ ਗਿਆ। 15-20 ਦਿਨ ਦੇ ਬਾਅਦ ਇੱਕ ਹੋਰ ਖ਼ਬਰ ਦਰਜ ਹੈ, ਕਾਜ਼ੀ ਸਾਹਿਬ ਇੰਨੇ ਬਿਮਾਰ ਨੇ ਕਿ ਉਹਨਾਂ ਨੂੰ ਜੰਜੀਰਾਂ ਦੇ ਵਿੱਚ ਬੰਨ ਕੇ ਰੱਖਿਆ ਹੋਇਆ। ਹੁਣ ਇਸ ਗੱਲ ਨੂੰ ਸਮਝੋ, ਸਰੀਰਕ ਰੋਗ ਹੋਵੇ ਤੇ ਮਨੁੱਖ ਨੂੰ ਜੰਜੀਰਾਂ 'ਚ ਨਹੀਂ ਬੰਨਿਆ ਜਾਂਦਾ। ਇਹਦਾ ਮਤਲਬ ਕਿ ਕਾਜ਼ੀ ਸਾਹਿਬ ਜਿਨ੍ਹਾਂ ਨੇ ਗੁਰਦੇਵ ਬਹਾਦਰ ਸਾਹਿਬ ਨੂੰ ਸ਼ਹੀਦ ਕਰਨ ਦਾ ਫਤਵਾ ਜ਼ਾਰੀ ਕੀਤਾ ਸੀ, ਮਾਨਸਿਕ ਤੌਰ 'ਤੇ ਪਾਗਲ ਹੋ ਚੁੱਕੇ ਸੀ। ਤੀਸਰੀ ਖ਼ਬਰ, ਬਾਦਸ਼ਾਹ ਸਲਾਮਤ, ਕਾਜ਼ੀ ਸਾਹਿਬ ਫੌਤ ਹੋ ਗਏ, ਸੰਸਾਰ ਤੋਂ ਚਲੇ ਗਏ ਨੇ। ਉਹਨਾਂ ਦੇ ਬੇਟੇ ਨੂੰ ਸ਼ਾਹੀ ਰੁਤਬਾ ਦੇਣ ਦੀ ਦਰਖਾਸਤ ਕੀਤੀ ਜਾਂਦੀ ਹੈ। ਹੁਣ ਔਰੰਗਜ਼ੇਬ ਦੇ ਕੋਲ ਜਿਹੜਾ ਕਾਜ਼ੀ ਹੈ ਉਹ ਬਹਾਬੂਦੀਨ ਦਾ ਬੇਟਾ ਹੈ। ਔਰੰਗਜ਼ੇਬ ਉਸ ਸ਼ਾਹੀ ਕਾਜ਼ੀ ਨੂੰ ਪੁੱਛਿਆ, ਕਹਿੰਦਾ ਇਹ ਕਿਹੜਾ ਸਾਲਰ ਹੈ, ਇਹ ਕਿਹੜਾ ਵਿਦਵਾਨ ਹੈ ਜਿਸ ਨੇ ਅਰਬੀ ਤੋਂ ਪਰਸ਼ੀਅਨ ਲੈਂਗੁਏਜ 'ਤੇ ਇੰਨੀ ਸੋਹਣੀ ਟਰਾਂਸਲੇਸ਼ਨ ਕੀਤੀ ਹੈ? ਜਦੋਂ ਕਾਜ਼ੀ ਉਸਦਾ ਨਾਮ ਦੱਸਦਾ ਹੈ ਤਾਂ ਔਰੰਗਜ਼ੇਬ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਜਾਂਦੀ ਹੈ। ਕਹਿੰਦਾ ਇਹ ਕਿਵੇਂ ਹੋ ਸਕਦਾ ਹੈ, ਸਕਾਲਰ ਹੋਵੇ, ਵਿਦਵਾਨ ਹੋਵੇ ਤੇ ਮੁਸਲਮਾਨ ਹੋਵੇ? ਕੱਲ ਇਸ ਦੀ ਫਿਰ ਪ੍ਰੀਖਿਆ ਲਈ ਚਾਹੀਦੀ, ਮੈਂ ਇਸਦਾ ਟੈਸਟ ਲੈਣਾ ਚਾਹੁੰਦਾ ਇਸਦੇ ਕੋਲ ਕਿੰਨਾ ਗਿਆਨ ਹੈ। ਅਗਲਾ ਦਿਨ ਫਿਰ ਚੜਿਆ, ਫਿਰ ਦਰਬਾਰੇ ਖਾਸ, ਉਸ ਦਰਬਾਰੇ ਖਾਸ ਦੇ ਵਿੱਚ ਸਾਰੇ ਔਰੰਗਜ਼ੇਬ ਦੇ ਸਕਾਲਰ, ਔਰੰਗਜ਼ੇਬ ਕਾਜ਼ੀ ਬਹਾਬੂਦੀਨ ਨੂੰ ਕਹਿੰਦਾ ਉਸਦੇ ਬੇਟੇ ਕਾਜ਼ੀ ਸਾਹਿਬ ਮੁਕੱਦਸ ਕੁਰਾਨ ਸ਼ਰੀਫ ਲੈ ਕੇ ਆਓ। ਮੁਕੱਦਸ ਕੁਰਾਨ ਸ਼ਰੀਫ ਜਾਂਦੀ ਗਈ, ਕਹਿੰਦਾ ਇਸ ਨੂੰ ਖੋਲੋ ਤੇ ਜਿਹੜੀ ਵੀ ਸੂਰਤ ਦੇ ਵਿੱਚ ਜਿਹੜੀ ਵੀ ਆਇਤ ਆਉਂਦੀ ਉਸ ਨੂੰ ਪੜ੍ਹ ਦਿਓ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ, ਅਸੀਂ ਖੱਬੇ ਪਾਸੇ ਤੋਂ ਸ਼ੁਰੂ ਕਰਦੇ ਹਾਂ, ਮੁਕੱਦਸ ਕੁਰਾਨ ਸ਼ਰੀਫ ਸੱਜੇ ਪਾਸੇ ਤੋਂ ਸ਼ੁਰੂ ਹੁੰਦੀ ਹੈ। ਉਸਨੇ ਖੋਲ੍ਹੀ, ਜਦੋਂ ਖੋਲ੍ਹੀ ਤੇ ਸਭ ਤੋਂ ਵੱਡੀ ਸੂਰਤ ਆ ਗਈ, ਸੂਰਤ ਅਲ ਬਕਰ। ਸੂਰਤ ਬਕਰ ਦੀ 196 ਨੰਬਰ 196 ਆਇਤ ਖੁੱਲ ਗਈ। ਆਇਤ ਸੀ ਵਾਇਤਨੁਲ ਹਜ਼ੂਰ ਉਮਰਤਾ ਲਿ ਲਾਹੇ ਫਾਰ ਪੁਲਿਸ। ਆਇਤ ਪੜ੍ਹ ਦਿੱਤੀ ਅਰੇਬਿਕ ਦੇ ਵਿੱਚ ਤੇ ਉਸ ਵਿਦਵਾਨ ਨੂੰ ਖੜਾ ਹੋ ਕੇ ਔਰੰਗਜ਼ੇਬ ਕਹਿੰਦਾ ਇਸ ਨੂੰ ਅਰਥ ਕਰ, ਇਸ ਨੂੰ ਡਿਫਾਈਨ ਕਰ। ਵਿਦਵਾਨ ਉੱਠਿਆ,
ਸਲਾਮ ਕੀਤੀ ਅਤੇ ਕਹਿੰਦਾ ਬਾਦਸ਼ਾਹ ਔਰੰਗਜ਼ੇਬ ਆਲਮਗੀਰ, ਤੁਹਾਡੀ ਮੁਕੱਦਸ ਕੁਰਾਨ ਸ਼ਰੀਫ ਦੇ ਵਿੱਚ ਸੱਲੱਲਾਹੁ ਅਲੈਹਿ ਵਸੱਲਮ ਹਜ਼ਰਤ ਮੁਹੰਮਦ ਸਾਹਿਬ ਇਰਸ਼ਾਦ ਕਰਦੇ ਨੇ, ਇਹ ਮੁਸਲਮਾਨੋ ਹਜ ਕਰੋ, ਉਮਰੇ ਰੱਖੋ, ਜ਼ਿਆਰਤ ਕਰੋ, ਜੋ ਵੀ ਕਰਨਾ ਹੈ ਕਰੋ, ਜਿੰਨੀਆਂ ਮਰਜ਼ੀ ਨਮਾਜ਼ਾਂ ਪੜ੍ਹੋ, ਜੇ ਤੁਸੀਂ ਉਸ ਸਮੇਂ ਕੇਸਾਂ ਦੀ ਜ਼ਿੰਦਗੀ ਕਰਦੇ ਹੋ ਤਾਂ ਖੁਦਾ ਦੇ ਦਰ ਕੁਝ ਵੀ ਪਰਵਾਹ ਨਹੀਂ। ਮੁਕੱਦਸ ਕੁਰਾਨ ਸ਼ਰੀਫ ਦੀ ਆਇਤ ਨੰਬਰ 196, ਭਾਈ ਤਨੂ ਹਜ਼ੂਰ ਉਮਰ ਦਾ ਲਿਲਾਹੇ ਫਾਇਨ ਹੋਇਸਟ। ਔਰੰਗਜ਼ੇਬ ਖੁਸ਼ ਹੋਇਆ ਅਤੇ ਨਾਲ ਹੀ ਕਾਜ਼ੀ ਨੂੰ ਕਹਿੰਦਾ, ਕਾਜ਼ੀ ਸਾਹਿਬ ਜਾਂ ਤਾਂ ਇਸ ਸੌਦਰ ਨੂੰ, ਇਸ ਵਿਦਵਾਨ ਨੂੰ ਇੱਕ ਹਫ਼ਤੇ ਦੇ ਵਿੱਚ ਜਿਹਨੇ ਇਸਲਾਮ 'ਚ ਲਿਆਓ ਜਾਂ ਕਤਲ ਕਰ ਦਿਓ, ਜਾਂ ਇਸਲਾਮ 'ਚ ਲਿਆਓ ਜਾਂ ਕਤਲ ਕਰ ਦਿਓ। ਇਹ ਜਿਹੜਾ ਸੌਦਰ ਸੀ ਇਹ ਔਰੰਗਜ਼ੇਬ ਦੇ ਬੇਟੇ ਨੂੰ ਫਾਰਸੀ ਪੜ੍ਹਾਇਆ ਕਰਦਾ ਸੀ। ਔਰੰਗਜ਼ੇਬ ਦੀ ਬੇਟੀ ਜ਼ੇਬੁਲ ਨਿਸਾ ਵੀ ਉਸਦੇ ਕੋਲ ਪੜ੍ਹਦੀ ਸੀ। ਔਰੰਗਜ਼ੇਬ ਦਾ ਬੇਟਾ ਸ਼ਹਿਜ਼ਾਦਾ ਮੁਅੱਜ਼ਮ ਵੀ ਉਸਦਾ ਸਟੂਡੈਂਟ ਸੀ। ਜਦੋਂ ਸ਼ਾਮ ਪਈ ਅਤੇ ਸ਼ਾਮਾਂ ਨੂੰ ਜਦੋਂ ਇਹ ਸਕਾਲਰ, ਇਹ ਵਿਦਵਾਨ ਔਰੰਗਜ਼ੇਬ ਦੇ ਬੇਟੇ ਔਰ ਬੇਟੀ ਦੇ ਮਹਿਲ ਦੇ ਵਿੱਚ ਗਿਆ ਉਹਨਾਂ ਨੂੰ ਪੜ੍ਹਾਉਣ ਦੇ ਵਾਸਤੇ, ਤਾਂ ਮੁਅੱਜ਼ਮ ਦੇ ਕੋਲ ਜਾ ਕੇ ਖੜ੍ਹਾ ਹੋਇਆ ਅਤੇ ਕੋਲ ਜ਼ੇਬੁਲ ਨਿਸਾ ਆ ਗਈ। ਔਰੰਗਜ਼ੇਬ ਦੀ ਬੇਟੀ ਬੜੀ ਚੰਗੀ ਸਕਾਲਰ ਸੀ, ਬਹੁਤ ਚੰਗੀ ਪੋਇਟਸ ਸੀ। ਔਰੰਗਜ਼ੇਬ ਨੇ ਜ਼ੇਬੁਲ ਨਿਸਾ ਨੂੰ 21 ਸਾਲ ਜੇਲ੍ਹ 'ਚ ਰੱਖ ਕੇ ਕਤਲ ਹੀ ਇਸ ਕਰਕੇ ਕਰਵਾ ਦਿੱਤਾ ਸੀ ਕਿ ਪੋਇਟਰੀ ਪੋਸਟਲ ਕਰਦੀ ਸੀ ਬੇਟੀ ਨੂੰ। 21 ਸਾਲ ਸਲੀਮਗੜ੍ਹ ਦੇ ਕਿਲ੍ਹੇ ਦੀ ਜੇਲ੍ਹ 'ਚ ਕੈਦ ਰੱਖਿਆ, ਉਸ ਤੋਂ ਬਾਅਦ ਜ਼ਹਿਰ ਦੇ ਕੇ ਮਰਵਾ ਦਿੱਤਾ। ਉਸਦਾ ਦੋਸ਼ ਕੀ ਸੀ? ਕਿਉਂਕਿ ਉਹ ਸਪਿਰਚੁਐਲਿਟੀ ਦੇ ਉੱਪਰ, ਸੂਫੀਜ਼ਮ ਦੇ ਉੱਪਰ ਪੋਇਟਰੀ ਪੋਸਟਲ ਕਰਦੀ ਸੀ। ਇਹ ਬਣਾ ਸੀ ਉਸਤਾਦ ਆਇਆ ਔਰ ਜ਼ੇਬੁਲ ਨਿਸਾ ਆਪਣੇ ਭਰਾ ਮੁਅੱਜ਼ਮ ਨੂੰ ਕਹਿੰਦੀ, ਕਹਿੰਦੀ ਮੁਅੱਜ਼ਮ ਆਪਨੇ ਸੁਣਾ ਹੈ ਕੱਲ੍ਹ ਦਰਬਾਰ ਮੇਂ ਅੱਪਾ ਹਜ਼ੂਰ ਨੇ ਜੇ ਫਰਮਾਨ ਜਾਰੀ ਕੀਆ ਹੈ, ਜਿਸ ਉਸਤਾਦ ਸੇ ਹਮ ਫਾਰਸੀ ਸੀਖਤੇ ਹੈ, ਜਾਂ ਤੋ ਉਨਕੋ ਕਤਲ ਕਰ ਦਿਆ ਜਾਏਗਾ ਜਾਂ ਦੀਨ ਇਸਲਾਮ ਮੇਂ ਲਾਇਆ ਜਾਏਗਾ। ਮੁਅੱਜ਼ਮ ਦੇ ਸਾਹਮਣੇ ਉਸਦਾ ਉਸਤਾਦ ਖੜ੍ਹਾ। ਹੁਣ ਇਹ ਜ਼ਰੂਰੀ ਨਹੀਂ ਹੈ ਕਿ ਜਿਹੜਾ ਸਕਾਲਰ ਹੋਵੇ, ਜਿਹੜਾ ਵਿਦਵਾਨ ਹੋਵੇ, ਜਿਹੜਾ ਹਾਫਿਜ਼ ਹੋਵੇ, ਉਹ ਮੌਤ ਤੋਂ ਨਹੀਂ ਡਰਦਾ। ਮੌਤ ਤੋਂ ਸਾਰੇ ਡਰਦੇ ਸੀ। ਜਦੋਂ ਉਸ ਵਿਦਵਾਨ ਨੇ ਇਹ ਗੱਲ ਸੁਣੀ ਨਾ ਕਿ ਬਾਦਸ਼ਾਹ ਸਲਾਮਤ ਦਾ ਫਰਮਾਨ ਸਾਰੀ ਹੋ ਗਿਆ ਕਿ ਮੈਨੂੰ ਮਾਰ ਦਿੱਤਾ ਜਾਵੇਗਾ ਜਾਂ ਦੀਨੇ ਇਸਲਾਮ 'ਚ ਜਾਂਦਾ ਜਾਵੇਗਾ, ਅਤੇ ਦੋ ਹੀ ਚੀਜ਼ਾਂ ਮਨੁੱਖ ਨੂੰ ਪਿਆਰੀਆਂ ਹੁੰਦੀਆਂ ਨੇ, ਇੱਕ ਜ਼ਾਨ ਔਰ ਇੱਕ ਇਮਾਨ, ਦੋਵੇਂ ਨਹੀਂ ਛੱਡਣਾ ਚਾਹੁੰਦਾ। ਹੱਥ ਜੋੜ ਕੇ ਮੁਅੱਜ਼ਮ ਨੂੰ ਕਹਿੰਦਾ ਉਸਦਾ ਉਸਤਾਦ, ਕਹਿੰਦਾ ਸ਼ਹਿਜ਼ਾਦਾ ਮੁਅੱਜ਼ਮ, ਤੂੰ ਮੇਰਾ ਤਾਲਿਬ ਹੈ, ਸਟੂਡੈਂਟ ਹੈ, ਸ਼ਿਸ਼ ਹੈ, ਮੁਰੀਦ ਹੈ, ਮੈਂ ਮਰਨਾ ਨਹੀਂ ਚਾਹੁੰਦਾ। ਡਰ ਗਿਆ, ਨਾ ਮੈਂ ਮਰਨਾ ਚਾਹੁੰਦਾ, ਨਾ ਮੈਂ ਆਪਣੇ ਦੀਨ ਨੂੰ ਛੱਡਣਾ ਚਾਹੁੰਦਾ, ਆਪਣੇ ਇਮਾਨ ਨੂੰ ਛੱਡਣਾ ਚਾਹੁੰਦਾ। ਤੂੰ ਦੱਸ ਮੈਂ ਕਿੱਥੇ ਜਾਵਾਂ, ਮੇਰੀ ਜਾਨ ਵੀ ਬਚ ਸਕੇ, ਮੇਰਾ ਇਮਾਨ ਵੀ ਬਚ ਸਕੇ। ਹੈ ਤੇ ਔਰੰਗਜ਼ੇਬ ਦਾ ਬੇਟਾ ਆਪਣੇ ਉਸਤਾਦ ਨੂੰ ਕਹਿੰਦਾ, ਦੁਨੀਆਂ 'ਤੇ ਇੱਕ ਹੀ ਜਗ੍ਹਾ ਹੈ ਜਿੱਥੇ ਜਾਨ ਔਰ ਇਮਾਨ ਸਲਾਮਤ ਰਹਿ ਸਕਦਾ ਹੈ, ਤੁਸੀਂ ਅਨੰਦਪੁਰ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਕੋਲ ਚਲੇ ਜਾਓ। ਸੈਯਦ ਅਬਦੁੱਲਾ ਨਾਮ ਦੇ ਇੱਕ ਮੁਸਲਮਾਨ ਦੀ ਮਦਦ ਦੇ ਨਾਲ ਇਹ ਜਿਹੜਾ ਵਿਦਵਾਨ ਸੀ, ਸਕਾਲਰ ਸੀ, ਦਿੱਲੀ ਤੋਂ ਚੋਰੀ ਨਿਕਲਿਆ ਅਤੇ ਅਨੰਦਪੁਰ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਕੋਲ ਪਹੁੰਚ ਗਿਆ। ਇਹ ਵਿਦਵਾਨ ਸੀ ਮੁਲਤਾਨ ਦੇ ਰਹਿਣ ਵਾਲੇ ਛੱਜੂ ਮੱਲ ਦਾ ਬੇਟਾ ਭਾਈ ਨੰਦ ਲਾਲ। ਨੰਦ ਲਾਲ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਸ਼ਰਨ 'ਚ ਆਉਣ ਤੋਂ ਪਹਿਲਾਂ ਔਰੰਗਜ਼ੇਬ ਦੇ ਪਰਿਵਾਰ ਨੂੰ ਫਾਰਸੀ ਪੜ੍ਹਾਇਆ ਕਰਦੇ ਸੀ, ਅਰਬੀ ਪੜ੍ਹਾਇਆ ਕਰਦੇ ਸੀ। ਉਹਨਾਂ ਦੇ ਪਿਤਾ ਜੀ ਛੱਜੂ ਮੱਲ ਜੀ ਵੀ ਇਹ ਕੰਮ ਕਰਿਆ ਕਰਦੇ ਸੀ। ਬਹੁਤ ਵੱਡੀ ਵਿਦਵਾਨਾਂ ਦੀ, ਸਕਾਲਰਸ ਦੀ ਫੈਮਿਲੀ ਸੀ। ਹੁਣ ਸਾਡੇ ਸਾਹਮਣੇ ਇੱਕ ਸਵਾਲ ਹੈ ਕਿ ਭਾਈ ਨੰਦ ਲਾਲ ਗੁਰੂ ਦੀ ਸ਼ਰਨ ਦੇ ਵਿੱਚ ਕਿਉਂ ਆਏ? ਮੌਤ ਤੋਂ ਡਰਦੇ, ਜਾਨ ਨੂੰ ਬਚਾਉਣ ਦੇ ਵਾਸਤੇ ਔਰ ਇਮਾਨ ਨੂੰ ਬਚਾਉਣ ਦੇ ਵਾਸਤੇ, ਦੋ ਕਾਰਨ ਨੇ ਗੁਰੂ ਦੀ ਸ਼ਰਨ ਦੇ ਵਿੱਚ ਆਉਣ ਦੇ। ਜਾਨ ਵੀ ਬਚਾਉਣਾ ਚਾਹੁੰਦੇ ਨੇ, ਆਪਣਾ ਇਮਾਨ ਵੀ ਬਚਾਉਣਾ ਚਾਹੁੰਦੇ। ਕਲਗੀ ਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦਰਬਾਰ ਦੇ ਵਿੱਚ ਪਹੁੰਚੇ। ਰਾਤ
ਅਨੰਦਪੁਰ ਸਾਹਿਬ ਤੋਂ ਬਾਹਰ ਵਿਸ਼ਰਾਮ ਕੀਤਾ। ਸਵੇਰੇ ਦਿਨ ਚੜ੍ਹਦੇ ਨੂੰ ਅਜੇ ਦਰਬਾਰ ਨਹੀਂ ਲੱਗਾ ਤੇ ਪਹੁੰਚ ਗਏ ਤੇ ਜਾਂਦਿਆਂ ਨੂੰ ਕਲਗੀ ਦਰਬਾਰ ਚ ਗੁਰੂ ਗੋਬਿੰਦ ਸਿੰਘ ਮਹਾਰਾਜ ਕੇਸੀ ਇਸ਼ਨਾਨ ਕਰਕੇ ਬੈਠੇ ਚਿਹਰੇ ਦੇ ਉੱਪਰ ਸੂਰਜ ਦੀਆਂ ਕਿਰਨਾਂ ਪੈ ਰਹੀਆਂ ਨੇ, ਚੜ੍ਹਦੇ ਸੂਰਜ ਦੀਆਂ ਕਿਰਨਾਂ। ਇੰਨਾ ਪਿਆਰਾ ਚਿਹਰਾ, ਇੰਨੇ ਸੁੰਦਰ ਕੇਸ, ਨੱਦ ਦਾ ਫਾਰਸੀ ਦਾ ਸ਼ਾਇਦ ਸੀ ਰਿਹਾ ਨਾ ਗਿਆ, ਇੱਕ ਨਜ਼ਮ ਕਹਿ ਦਿੱਤੀ। ਗੁਰੂ ਸਾਹਿਬ ਦੇ ਕੋਲ ਆ ਕੇ ਖੜਾ ਹੋਇਆ, ਗੁਰੂ ਸਾਹਿਬ ਦੇ ਕੇਸਾਂ ਦੇ ਚਿਹਰੇ ਨੂੰ ਵੇਖਿਆ, ਉਹ ਖਿਆਲ ਕਰੋ ਕਿੰਨਾ ਸੁੰਦਰ ਹੋ ਗਿਆ। ਸਰੀਰ ਦੇ ਵਿੱਚ ਨਾ ਗੁਰੂ ਨੂੰ ਮੈਂ ਵੇਖਿਆ ਨਾ ਤੁਸੀਂ ਵੇਖਿਆ, ਨੰਦ ਲਾਲ ਨੇ ਵੇਖਿਆ। ਤੇ ਨੰਦ ਲਾਲ ਜਦੋਂ ਉਸ ਚਿਹਰੇ ਦੀ ਸਿਫਤ ਕਰਦਾ ਤੇ ਸਭ ਜਾਣ ਗੁਰਦੇਵ ਪਾਤਸ਼ਾਹ ਦਾ ਸ਼ਾਹੀ ਜ਼ਾਹੂ ਜਲਾਲ ਉਹਨਾਂ ਦਾ ਰੁਖਸਾਰ ਕਿਵੇਂ ਦਾ ਹੋਵੇਗਾ। ਨੰਦ ਲਾਲ ਨੇ ਸ਼ੇਰ ਪੜਿਆ, ਦੀਨ ਦੁਨੀਆ ਦਰ ਕਮੰਦੇ ਆ ਬਰੀ ਰੁਖਸਾਰ ਨਾ, ਹਰ ਦੋ ਆਲਮ ਕੀਮਤੇ ਯਕ ਤਾਰ ਹੋਈ ਯਾਰ ਨਾ। ਅਗਲੀ ਗੱਲ ਕਹਿ ਦਿੱਤੀ, ਗਾਹੇ ਸੂਫੀ ਗਾਹੇ ਜ਼ਾਹਿਰ, ਗਾਹੇ ਕਲੰਦਰ ਮੇ ਸ਼ਬਦ ਰੰਗ ਹਾਏ ਮੁਖਤਲਿਫ ਤਾਰਕ ਹੁੰਦੇ ਆ ਯਾਰ ਨਾ। ਸਿੱਖਾਂ ਦੇ ਗੁਰੂਆ, ਮੈਂ ਤੈਨੂੰ ਕੀ ਕਹਿ ਕੇ ਬੁਲਾਵਾਂ, ਤੇਰੇ ਨੁਕਸਾਨ ਦੇ, ਤੇਰੀ ਸ਼ਖਸੀਅਤ ਦੇ, ਤੇਰੀ ਜਲਾਬ ਦੇ ਰੰਗ ਹੀ ਇੰਨੇ ਨੇ, ਮੈਨੂੰ ਸਮਝ ਨਹੀਂ ਆਉਂਦੀ ਮੈਂ ਤੈਨੂੰ ਕੀ ਕਹਾਂ। ਗਾਹੇ ਸੂਫੀ, ਕਿਤੇ ਤੂੰ ਸੰਤ ਲੱਗ ਰਿਹਾ, ਕਿਤੇ ਤੂੰ ਸੂਰਮਾ ਲੱਗ ਰਿਹਾ, ਕਿਤੇ ਤੂੰ ਦਾਨੀ ਲੱਗ ਰਿਹਾ, ਕਿਤੇ ਤੂੰ ਆਪ ਪਰਮਾਤਮਾ ਦਾ ਰੂਪ ਲੱਗ ਰਿਹਾ, ਮੈਂ ਕੀ ਕਹਾਂ ਤੇ। ਗਾਹੇ ਸੂਫੀ ਗਾਹੇ ਸਾਹਿਤ, ਗਾਹੇ ਕਲੰਦਰ ਮੇ ਸ਼ਬਦ ਰੰਗ ਹਾਏ ਮੁਖਤਲਿਫ ਦਾਰਦ ਹੁੰਦੇ ਅਯਾਰ ਮਾਂ, ਦੀਨ ਦੁਨੀਆ ਦਰ ਕਮਾਉਂਦੇ ਆ ਬਰੇ ਰੁਖਸਾਰ ਮਾਂ। ਮੇਰਾ ਦਿਲ ਕਰਦਾ ਹੈ ਜੇਕਰ ਮੇਰੇ ਕੋਲ ਦੀਨ ਦੁਨੀਆ ਦਰ ਕਮਾਉਂਦੇ, ਸਾਰੀ ਦੀਨ ਦੁਨੀਆ ਦੀ ਕਮਾਈ ਦੌਲਤ ਹੋਵੇ ਨਾ, ਮੈਂ ਤੇਰੇ ਚਿਹਰੇ ਉੱਪਰੋਂ ਕੁਰਬਾਨ ਕਰ ਦੇਵਾਂ। ਅੰਦਾਜ਼ਾ ਤੁਸੀਂ ਲਾ ਲਓ ਗੁਰਦੇਵ ਪਾਤਸ਼ਾਹ ਦਾ ਸਰੂਪ ਕਿੰਨਾ ਸੁੰਦਰ ਹੋਵੇਗਾ। ਦੀਨ ਦੁਨੀਆ ਦਰ ਕਮਾਉਂਦੇ ਆ ਬਰੀ ਰੁਖਸਾਰ ਮਾਂ, ਹਰ ਦੋ ਆਲਮ, ਦੋ ਆਲਮ ਲੋਕ ਔਰ ਪਰਲੋਕ। ਜੇ ਮੇਰੇ ਕੋਲ ਲੋਕ ਤੇ ਪਰਲੋਕ ਦੀ ਸ਼ਕਤੀ ਹੋਵੇ ਨਾ, ਹਰ ਦੋ ਆਲਮ ਕੀਮਤੇ ਲੋਕ ਤੇ ਪਰਲੋਕ ਦੀ ਸ਼ਕਤੀ ਤੇ ਉਹਦਾ ਮੁੱਲ ਮੇਰੇ ਕੋਲ ਹੋਵੇ, ਯਕ ਤਾਰ ਹੋਏ ਯਾਰ ਮਾਂ, ਯਕ ਇੱਕ ਪਰਸ਼ਨ ਦੇ ਵਿੱਚ ਤਾਰ ਮੂਏ ਕੇਸ, ਜੇ ਮੇਰੇ ਕੋਲ ਲੋਕ ਤੇ ਪਰਲੋਕ ਦੀ ਸਾਰੀ ਸ਼ਕਤੀ ਹੋਵੇ ਨਾ, ਤੇ ਮੈਂ ਤੇਰੇ ਕੇਸਾਂ ਦੀ ਇੱਕ ਤਾਰ ਦੇ ਭਰੋਸਾ ਕੁਛ ਕੁਰਬਾਨ ਕਰ ਦੇਵਾਂ। ਦੀਨ ਦੁਨੀਆ ਦਰਕ ਮੰਦੇ ਆ ਬਰੀ ਨੁਕਸਾਰ ਮਾਂ, ਹਰ ਦੋ ਆਲਮ ਕੀਮਤੇ ਯਕ ਤਾਰ ਮੂਏ ਯਾਰ ਮਾਂ। ਗੁਰੂ ਗੋਬਿੰਦ ਸਿੰਘ ਮਹਾਰਾਜ ਇਹ ਪਹਿਲੀ ਗੁਰਨੀ ਹੈ ਘੁੱਟ ਕੇ ਗੱਲ ਦੇ ਨਾਲ ਆ ਗਿਆ, ਬਗਲ ਕੀਰ ਕੀਤਾ, ਕਹਿੰਦੇ ਨੰਦ ਲਾਲ ਨੇ ਕਿਵੇਂ ਦੀ ਗੱਲ ਕਰ ਰਿਹਾ ਇਹ ਕਿਵੇਂ। ਨੰਦ ਲਾਲ ਨੇ ਅਗਲਾ ਸ਼ੇਰ ਕਹਿ ਦਿੱਤਾ, ਦਿਲ ਅਗਰ ਦਾਨਾ ਬਵਤ ਅੰਤਰ ਕਿਨਾਰਿ ਯਾਰ ਅਸਤ, ਚਸ਼ਮ ਗਰ ਬਿਨਾ ਬਵਤ ਹਰ ਤਰਫ਼ ਦਾ ਅਸਤ। ਦਾਨਾ ਬਵਤ ਫਾਰਸੀ ਦਾ ਸ਼ਬਦ ਹੈ, ਹੁਣ ਖਤਮ ਹੋ ਗਿਆ ਸਾਡੀ ਭਾਸ਼ਾ ਦੇ ਵਿੱਚੋਂ। ਪੁਰਾਣੇ ਸਮੇਂ ਦੇ ਵਿੱਚ ਅਸੀਂ ਬਜ਼ੁਰਗ ਜਦੋਂ ਬੜੀ ਸਿਆਣੀ ਗੱਲ ਕਰਦੇ ਸੀ, ਜਿਹੜੇ ਬਜ਼ੁਰਗ ਬੜੇ ਸਿਆਣੇ ਹੁੰਦੇ ਸੀ, ਅਸੀਂ ਕਹਿੰਦੇ ਸੀ ਬੜੇ ਦਾਨੇ ਨੇ। ਇਹ ਪਸ਼ਚਿਮ ਵਰਡ ਹੈ ਦਾਨਾ, ਸਿਆਣਪ ਦੇ ਨਾਲ ਭਰਿਆ ਹੋਇਆ। ਦਿਲ ਅਗਰ ਦਾਨਾ ਬਵਤ, ਦਿਲ ਦੇ ਵਿੱਚ ਤੇਰੇ ਸ਼ਬਦ ਦੇ ਸਦਕਾ ਜਿਹੜੀ ਸਿਆਣਪ ਆ ਗਈ ਹੈ ਨਾ, ਅੰਤਰ ਕਿਨਾਰਿ ਯਾਰ ਅਸ, ਤੇ ਜਿਹੜੀ ਆਪਣੇ ਯਾਰ ਨੂੰ ਮਿਲਦੀ ਖਿੱਚ ਪੈਦਾ ਹੋਈ ਹੈ, ਉਹ ਇੰਨੀ ਜ਼ਿਆਦਾ ਹੋਈ ਹੈ ਨਾ, ਚਸ਼ਮਗਰ ਬਿਨਾ ਬਵਤ, ਚਸ਼ਮ ਅੱਖ ਮੇਰੀ ਅੱਖ ਜਿੱਧਰ ਵੀ ਵੇਖਦੀ ਹੈ ਹਰ ਤਰਫ ਦੀਦਾਰ ਅਸ, ਮੈਨੂੰ ਨਜ਼ਰ ਹੀ ਗੁਰੂ ਗੋਬਿੰਦ ਸਿੰਘ। ਹੋਰ ਕੁਛ ਦਿਲ ਅਗਰ ਦਾਨਾ ਬਵਤ ਅੰਤਰ ਕਿਨਾਰਿ ਯਾਰ ਅਸ, ਚਸ਼ਮਗਰ ਬਿਨਾ ਬਵਤ ਹਰ ਤਰਫ ਦੀਦਾਰ ਅਸ। ਬੜਾ ਪਿਆਰਾ ਕੌਤਕ ਕੀਤਾ ਕਲਗੀ ਤਰਕ ਗੋਬਿੰਦ ਸਿੰਘ ਮਹਾਰਾਜ ਨੇ। ਨੰਦ ਲਾਲ ਨੂੰ ਬਗਲ ਵੀ ਕੀਤਾ, ਗੱਲ ਦੇ ਵਿੱਚ ਵਿਆਹ ਤੇ ਤੁਰ ਪਏ, ਕੁਝ ਹੋਰ ਸਿੱਖ ਵੀ ਪਿੱਛੇ ਪਿੱਛੇ ਤੁਰ ਪਏ। ਤੁਰੇ ਤੁਰੇ ਜਾਂਦੇ ਆ ਗੁਰਦੇਵ ਪਾਤਸ਼ਾਹ ਇੱਕ ਪੱਥਰ ਜ਼ਮੀਨ ਤੋਂ ਚੁੱਕਦੇ ਨੇ, ਕਦੀ ਇੱਕ ਹੱਥ ਦੇ ਉੱਪਰ ਕਦੀ ਦੂਸਰੇ ਹੱਥ ਦੇ ਉੱਪਰ, ਇੰਝ ਕਰਦੇ ਕਰਦੇ ਦੂਰ ਪਾਣੀ 'ਚ ਸੁੱਟ ਦਿੰਦੇ ਨੇ ਅਤੇ ਸਵਾਲ ਕਰਦੇ ਨੇ, ਸਿੱਖੋ ਪੱਥਰ ਡੁੱਬਿਆ ਕਿਉਂ ਹੈ। ਇੱਕ ਸਿੱਖ ਜਵਾਬ ਦਿੰਦਾ, ਪਾਤਸ਼ਾਹ ਪੱਥਰ ਸੀ,
ਤੁਸੀਂ ਪਾਣੀ ਚ ਸੁੱਟਿਆ, ਕੁਦਰਤ ਪੱਥਰ ਪਾਣੀ ਚ ਡੁੱਬ ਜਾਂਦਾ ਹੈ। ਕੋਈ ਟਿੱਪਣੀ ਨਹੀਂ, ਕੋਈ ਕਮੈਂਟ ਨਹੀਂ, ਬਿਲਕੁਲ ਚੁੱਪ ਚਾਪ ਇੱਕ ਵਿਸਵਾਦੀ ਅਵਸਥਾ ਦੇ ਵਿੱਚ ਕਰਕੇ ਪਾਤਸ਼ਾਹ ਮੁਸਕਰਾ ਕੇ ਅੱਗੇ ਤੁਰ ਗਿਆ। ਥੋੜਾ ਹੋਰ ਅੱਗੇ ਗਿਆ, ਇੱਕ ਪੱਥਰ ਫਿਰ ਚੁੱਕ ਗਿਆ, ਫਿਰ ਉਸੇ ਤਰ੍ਹਾਂ ਕਰਦਿਆਂ ਕਰਦਿਆਂ ਦੂਰ ਪਾਣੀ ਚ ਫਿਰ ਸੁੱਟ ਦਿੱਤਾ। ਸਵਾਲ ਫਿਰ ਕੀ ਹੈ? ਸਿੱਖੋ, ਪੱਥਰ ਡੁੱਬਿਆ ਕਿਉਂ ਹੈ? ਅਸੀਂ ਲੋਕ ਸ਼ਬਦਾਂ ਦੇ ਜਾਦੂਗਰ ਹੁੰਦੇ ਹਾਂ, ਜਵਾਬ ਉਹੀ ਹੁੰਦਾ, ਸ਼ਬਦ ਬਦਲ ਦਿੱਤੇ ਜਾਂਦੇ ਨੇ। ਪਾਤਸ਼ਾਹ, ਪੱਥਰ ਭਾਰਾ ਹੁੰਦਾ ਹੈ, ਪਾਣੀ ਹਲਕਾ ਹੁੰਦਾ ਹੈ, ਹਰ ਭਾਰੀ ਚੀਜ਼ ਹਲਕੀ ਚੀਜ਼ ਸਮਾ ਜਾਂਦੀ, ਡੁੱਬ ਜਾਂਦੀ। ਤੁਸੀਂ ਪੱਥਰ ਸੁੱਟਿਆ ਸੀ, ਡੁੱਬ ਗਿਆ। ਗੁਰਦੇਵ ਪਾਤਸ਼ਾਹ ਕੁਛ ਨਹੀਂ ਬੋਲੇ, ਮੁਸਕਰਾਏ, ਅੱਗੇ ਤੁਰ ਗਿਆ। ਥੋੜ੍ਹਾ ਹੋਰ ਅੱਗੇ ਗਏ ਤਾਂ ਪੱਥਰ ਫਿਰ ਚੁੱਕ ਗਿਆ। ਫਿਰ ਉਸੇ ਤਰ੍ਹਾਂ ਕਦੀ ਇੱਕ ਹੱਥ ਦੇ ਉੱਪਰ, ਕਦੀ ਦੂਸਰੇ ਹੱਥ ਦੇ ਉੱਪਰ, ਕਰਦਿਆਂ ਕਰਦਿਆਂ ਪਾਣੀ ਸੁੱਟ ਦਿੱਤਾ। ਸਵਾਲ ਫਿਰ ਵੀ ਕੀਤਾ, ਸਿੱਖੋ, ਪੱਥਰ ਡੁੱਬਿਆ ਗਿਆ। ਇੱਕ ਸਾਡਾ ਸੁਭਾਅ ਹੈ ਮਨੁੱਖ ਦਾ, ਹਰ ਮਨੁੱਖ ਦਾ, ਇੱਕ ਸਵਾਲ ਨੂੰ ਵਾਰ ਵਾਰ ਪੁੱਛਿਆ ਜਾਵੇ ਨਾ, ਅਸੀਂ ਤਲਖੀ ਜਾ ਜਾਂਦੇ, ਇਰੀਟੇਟ ਹੋ ਜਾਂਦੇ। ਮੈਂ ਡਾਕਟਰ ਹਾਂ, ਕਈ ਵਾਰੀ ਪੇਸ਼ੈਂਟ ਵੀ ਇੱਕ ਵਾਰੀ, ਦੋ ਵਾਰੀ, ਤਿੰਨ ਵਾਰੀ ਦਵਾਈ ਪੁੱਛੇ ਨਾ, ਅਤੇ ਮੈਂ ਵੀ ਇਰੀਟੇਟ ਹੋ ਜਾਂਦਾ। ਦੱਸੀ ਤਾਂ ਹੈਗੀ ਜੀ, ਦਿਨ 'ਚ ਤਿੰਨ ਵਾਰੀ ਖਾਣੀ, ਤੁਹਾਨੂੰ ਸਮਝ ਨਹੀਂ ਆਈ? ਅਸੀਂ ਸਾਰੇ ਇਰੀਟੇਟ ਹੋ ਜਾਂਦੇ ਇੱਕ ਸਵਾਲ ਤੋਂ ਵਾਰ ਵਾਰ ਕੀਤਾ ਜਾਵੇ। ਸਿੱਖ ਸੋਚਦਾ ਗੁਰਦੇਵ ਪਾਤਸ਼ਾਹ ਤਾਂ ਇੱਕ ਹੀ ਸਵਾਲ ਵਾਰ ਵਾਰ ਕਰੀ ਜਾਂਦੇ, ਤਲਖੀ ਜਾ ਕੇ ਕਹਿੰਦਾ, ਪਾਤਸ਼ਾਹ ਕੀ ਕਰਦੇ ਹੋ? ਪੱਥਰ ਚੁੱਕਦੇ ਹੋ, ਪਾਣੀ 'ਚ ਸੁੱਟਦੇ ਹੋ, ਫਿਰ ਕਹਿੰਦੇ ਹੋ ਡੁੱਬਿਆ ਕਿਉਂ ਹੈ? ਪਾਤਸ਼ਾਹ, ਤੁਹਾਨੂੰ ਨਹੀਂ ਪਤਾ ਪੱਥਰ ਪਾਣੀ 'ਚ ਡੁੱਬ ਜਾਂਦਾ ਹੈ? ਪਾਤਸ਼ਾਹ, ਤੁਸੀਂ ਨਹੀਂ ਜਾਣਦੇ ਪੱਥਰ ਪਾਣੀ 'ਚ ਡੁੱਬ ਜਾਂਦਾ ਹੈ? ਤੁਸੀਂ ਜ਼ਾਹਰਾ ਜ਼ਰੂਰ ਕਮਾਲੇ ਕਰਾਮਾਤ ਹੋ ਪਾਤਸ਼ਾਹ, ਤੁਹਾਨੂੰ ਨਹੀਂ ਪਤਾ? ਤੁਸੀਂ ਪੱਥਰ ਚੁੱਕਦੇ ਹੋ, ਪਾਣੀ 'ਚ ਸੁੱਟਦੇ ਹੋ, ਫਿਰ ਸਾਨੂੰ ਪੁੱਛਦੇ ਹੋ ਪੱਥਰ ਕਿਉਂ ਡੁੱਬਿਆ ਹੈ? ਇਹ ਤਾਂ ਤੁਹਾਨੂੰ ਨਹੀਂ ਪਤਾ। ਤਲਖੀ ਜਾ ਰਿਹਾ ਸੀ ਕਿ ਪਾਤਸ਼ਾਹ ਤਾਂ ਵਾਰ ਵਾਰ ਨਹੀਂ ਕੁਛ ਕਰੀ ਜਾ ਰਿਹਾ, ਪਰ ਜਿਹੜਾ ਕੌਤਕ ਵਰਤਾਉਣਾ ਸੀ ਤਾਂ ਨਜ਼ਾਰਾ ਹੀ ਹੋ ਸੀ, ਉਹ ਤਾਂ ਅਨੁਭਵ ਹੀ ਹੋ ਸੀ, ਉਹ ਤੇ ਮਿਸਟਰੀ, ਉਹ ਤੇ ਰਹੱਸ ਹੀ ਹੋ ਸੀ। ਪਾਤਸ਼ਾਹ ਮੁਸਕਰਾ ਪਏ, ਨਹੀਂ ਬੋਲੇ, ਥੋੜ੍ਹਾ ਹੋਰ ਅੱਗੇ ਚਲੇ ਗਿਆ। ਅੱਗੇ ਜਾ ਕੇ ਫਿਰ ਪੱਥਰ ਚੁੱਕ ਗਿਆ, ਫਿਰ ਉਸ ਤਰ੍ਹਾਂ ਕਰਦਿਆਂ ਕਰਦਿਆਂ ਪਾਣੀ ਸੁੱਟ ਦਿੱਤਾ। ਸਵਾਲ ਫਿਰ ਉਹੀ ਹੈ, ਕੀਤਾ ਨੰਦ ਦਾ, ਪਹਿਲਾਂ ਕਹਿ ਰਹੇ ਸੀ ਸਿੱਖੋ ਪੱਥਰ ਕਿਉਂ ਡੁੱਬਿਆ, ਹੁਣ ਨੰਦ ਲਾਲ ਨੂੰ ਕਹਿ ਰਹੇ ਨੇ, ਨੰਦ ਲਾਲ ਪੱਥਰ ਕਿਉਂ ਡੁੱਬਿਆ? ਨੰਦ ਲਾਲ ਚੁੱਪ, ਕੋਈ ਗੱਲ ਨਹੀਂ ਆ ਰਹੀ। ਪਾਤਸ਼ਾਹ ਉੱਚੀ ਆਵਾਜ਼ ਚ ਕਹਿੰਦੇ ਨੇ, ਨੰਦ ਲਾਲ ਮੈਂ ਤੈਨੂੰ ਪੁੱਛਿਆ ਪੱਥਰ ਕਿਉਂ ਡੁੱਬਿਆ? ਕੋਈ ਆਵਾਜ਼ ਨਹੀਂ ਆਈ। ਪਾਤਸ਼ਾਹ ਨੇ ਪਿੱਛੇ ਮੁੜ ਕੇ ਵੇਖਿਆ ਤੇ ਨੰਦ ਲਾਲ ਜ਼ਾਰੋ ਜ਼ਾਰ ਹੋ ਰਿਹਾ, ਅੱਖਾਂ ਮੰਜਵਾਂ ਦੇ ਨਾਲ ਭਰੀਆਂ ਹੋਈਆਂ। ਪਾਤਸ਼ਾਹ ਮੋਢੇ ਤੋਂ ਫੜਦੇ ਨੇ ਨੰਦ ਲਾਲ, ਮੈਂ ਤੈਨੂੰ ਪੁੱਛ ਰਿਹਾ ਪੱਥਰ ਕਿਉਂ ਡੁੱਬਿਆ? ਹੰਝੂਆਂ ਦੇ ਨਾਲ ਭਰੀਆਂ ਅੱਖਾਂ, ਕੰਬਦੇ ਬੁੱਲ, ਇੱਕ ਸ਼ੇਰ ਕਹਿ ਦਿੱਤਾ, ਬੜਾ ਪਿਆਰਾ ਸ਼ੇਰ ਕਿਹਾ ਨੰਦ ਲਾਲ ਨੇ, ਕਹਿੰਦਾ, ਪਾਤਸ਼ਾਹ ਬ੍ਰਾਹਮਣ ਪੁਸ਼ਤਾਕਿਆ ਬੁੱਧ, ਜ਼ਾਹਿਦ ਫਿਜ਼ਾਏ ਖਾਨਕਾ, ਹਰ ਕਜ਼ਾ ਜ਼ਰਵਾ ਮੁਹੱਬਤ ਦੀਤਾ ਯਾ ਸ਼ਸ਼ਾ। ਪਾਤਸ਼ਾਹ ਬ੍ਰਾਹਮਣ ਤੇ ਪੱਥਰ ਦੇ ਬੁੱਤਾਂ ਨੂੰ ਜਾ ਕੇ ਮੱਥੇ ਟੇਕਦਾ, ਮੈਂ ਨਾ ਡੁੱਬਾ। ਬ੍ਰਾਹਮਣ ਪੁਸ਼ਤਾਕਿਆ ਬੁੱਧ, ਬ੍ਰਾਹਮਣ ਦੇ ਮੰਦਰ 'ਚ ਜਾ ਕੇ ਪੱਥਰ ਦੇ ਬੁੱਤਾਂ ਨੂੰ ਮੱਥੇ ਟੇਕਦਾ, ਮੈਂ ਨਾ ਡੁੱਬਾ। ਜ਼ਾਹਿਦ ਫਿਜ਼ਾਏ ਖਾਨਕਾ, ਤੇ ਮੁਸਲਮਾਨ ਪੱਥਰ ਦੀ ਮਸਜਿਦ ਦੇ ਵਿੱਚ ਜ਼ਿਆਰੀ ਬਣਦਾ ਹੈ, ਨਮਾਜ਼ ਪੜ੍ਹ ਕੇ ਕਹਿੰਦਾ, ਮੈਂ ਨਾ ਡੁੱਬਾਂ। ਹਰ ਕਜ਼ਾ ਜ਼ਲਵਾ ਮੁਹੱਬਤ, ਐ ਸੱਚੇ ਪਾਤਸ਼ਾਹ ਮੈਂ ਤੇਰੇ ਪਿਆਰ ਦੇ ਵਿੱਚ ਇੰਨਾ ਜ਼ਿਆਦਾ ਭੇਦ ਹੋ ਗਿਆ, ਨਾ ਮੈਂ ਪਾਣੀ ਵੇਖਿਆ, ਨਾ ਮੈਂ ਪੱਥਰ ਵੇਖਿਆ, ਦੀਦਾ ਸ਼ਰਸ਼ਾਰਸ, ਮੇਰੀਆਂ ਅੱਖਾਂ ਦੇ ਵਿੱਚ ਹੰਝੂ ਤਾਂ ਇਸ ਕਰਕੇ ਆ ਗਏ, ਨਾ ਪਾਣੀ ਵੇਖਿਆ, ਨਾ ਪੱਥਰ ਵੇਖਿਆ, ਮੈਨੂੰ ਤੇ ਇੰਨਾ ਪਤਾ ਲੱਗਾ, ਜਿਹੜਾ ਤੇਰੇ ਹੱਥ 'ਚੋਂ ਛੁੱਟ ਗਿਆ ਉਹ ਡੁੱਬ ਗਿਆ, ਮੈਂ ਤਾਂ ਹੋਰ ਕੁਛ ਵੇਖਿਆ ਨਹੀਂ। ਮੈਨੂੰ ਤੇ ਪਾਤਸ਼ਾਹ ਇੰਨਾ ਪਤਾ ਲੱਗਾ, ਮਹਿਫੂਜ਼ ਉਹ ਹੈ ਜੋ ਤੇਰੇ ਹੱਥ ਦੇ ਵਿੱਚ ਹੈ, ਜਿਹੜਾ ਤੇਰੇ ਹੱਥ 'ਚੋਂ ਛੁੱਟ ਗਿਆ ਉਹ ਡੁੱਬ ਗਿਆ, ਮੈਂ ਤਾਂ ਹੋਰ ਕੁਛ ਵੇਖਿਆ ਹੀ ਨਹੀਂ। ਬ੍ਰਾਹਮਣ ਮੁਸ਼ਤਾਕਿਆ ਬੁੱਧ, ਜ਼ਾਹਿਦ ਫਿਜ਼ਾਏ ਖਾਨਕਾ, ਹਰ ਕਜ਼ਾ ਜ਼ਲਵਾ ਮੁਹੱਬਤ ਦੀਦਾ ਯਮ ਸ਼ਰਸ਼ਾ ਰਸਤ। ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਘੁੱਟ ਕੇ ਗੱਲ ਦੇ ਨਾਲ ਲਾ ਲਿਆ,
ਇਹ ਇਤਿਹਾਸ ਸੀ। ਗੁਰਦੇਵ ਪਾਤਸ਼ਾਹ ਕੁਟਕੀ ਦੱਸਦੇ ਨਾਲ ਲੈ ਕੇ ਕਹਿੰਦੇ ਨੰਦ ਲਾਲ ਕੁਛ ਮਾਰ ਲਿਆ। ਅਸੀਂ ਜਦੋਂ ਗੁਰੂ ਦੇ ਦਰਬਾਰ ਦੇ ਵਿੱਚ ਆਉਂਦੇ ਹਾਂ ਉੱਥੋਂ ਸ਼ੁਰੂ ਹੁੰਦੇ ਹਾਂ। ਮੱਥਾ ਟੇਕਣ ਤੱਕ ਸਾਡੀ ਜ਼ਿਹਨੀਅਤ ਦੇ ਵਿੱਚ, ਦਿਮਾਗ ਦੇ ਵਿੱਚ ਮੰਗਾਂ ਦੀ ਦਿਸ ਚੱਲਦੀ ਹੁੰਦੀ ਕੀ ਕੁਛ ਮੰਗਣਾ। ਹੁਣ ਪੂਰਨ ਗੁਰੂ ਨੇ ਨੰਦ ਲਾਲ ਨੂੰ ਗੱਲਦੇ ਨਾਲ ਲਾਇਆ ਅਤੇ ਕਹਿ ਰਹੇ ਨੇ ਨੰਦ ਲਾਲ ਕੁਛ ਮੰਗ, ਅਤੇ ਨੰਦ ਲਾਲ ਕਹਿ ਰਿਹਾ ਪਾਤਸ਼ਾਹ ਕੀ ਮੰਗਣਾ, ਕੁਛ ਨਹੀਂ। ਨੰਦ ਲਾਲ ਨੂੰ ਫਿਰ ਗੁਰਦੇਵ ਪਾਤਸ਼ਾਹ ਕਹਿੰਦੇ ਨੇ ਨੰਦ ਲਾਲ ਕੁਛ ਮੰਗ, ਪਾਤਸ਼ਾਹ ਨੂੰ ਸ਼ੇ ਹੀ ਨਹੀਂ ਕੀ ਮੰਗਾ। ਮੁਸਕਰਾ ਕੇ ਗੁਰਦੇਵ ਪਾਤਸ਼ਾਹ ਕਹਿੰਦੇ ਨੇ ਨੰਦ ਲਾਲ ਫਿਰ ਮੇਰੀ ਵੀ ਜਿੱਦ ਹੈ ਕੁਛ ਤੇ ਮੰਗ, ਕੁਛ ਤੇ ਮੰਗ। ਨੰਦ ਲਾਲ ਕਹਿੰਦਾ ਪਾਤਸ਼ਾਹ ਕੀ ਮੰਗਾ, ਜੇ ਮੈਂ ਸਾਰੀ ਦੁਨੀਆਂ ਦੀ ਧਨ ਦੌਲਤ ਮੰਗਦਾ, ਸਾਡੀ ਪਹਿਲੀ ਮੰਗ ਤਾਂ ਇਹ ਹੁੰਦੀ ਹੈ ਕਿ ਸਾਰੀ ਦੁਨੀਆਂ ਦੀ ਦੌਲਤ ਮੇਰੇ ਕੋਲ ਹੋਵੇ। ਅੱਜ ਇਹੀ ਮੰਗ ਤਾਂ ਸਾਨੂੰ ਉਸ ਅਵਸਥਾ ਤੋਂ ਦੂਰ ਲੈ ਕੇ ਜਾ ਰਹੀ ਹੈ। ਅੱਜ ਸਾਡੇ ਹਾਲਾਤ ਕੀ ਹੈ, ਤੁਸੀਂ ਸੁਣਿਆ ਆਸਾ ਦੀ ਵਾਰ ਸਰਵਣ ਕੀਤਾ, ਛੁੱਤੇ ਦਿਲ ਵਾਲ ਜੋ ਸੁਨੇ ਅੰਦਰ ਖੇਤ। ਅਸੀਂ ਵੇਖਣ ਨੂੰ ਹੀ ਲੱਗ ਰਹੇ ਹਾਂ ਤੁਰੇ ਫਿਰਦੇ, ਬੈਂਕ ਬੈਲੈਂਸ ਬਹੁਤ ਹੋਣਗੇ, ਪਰ ਆਤਮਿਕ ਤੌਰ 'ਤੇ ਅਸੀਂ ਆਨੰਦ 'ਚ ਨਹੀਂ ਹੈ, ਖੁਸ਼ ਨਹੀਂ, ਜੋ ਕੁਛ ਮਰਜ਼ੀ ਹੋਵੇ। ਸਾਡੇ ਹਾਲਾਤ ਕੀ ਹੈ, ਛੁੱਤੇ ਦਿਲ ਵਾਲ ਜੋ ਸੁਨੇ ਅੰਦਰ ਖੇਤ, ਖੇਤੀ ਅੰਦਰ ਸੁੱਟੀਆਂ। ਕਹੋ ਨਾਨਕ ਸੋ ਨਾ ਫਲੀਏ ਫੁਲੀਏ ਪੱਪੜੇ, ਬਾਹਰੋਂ ਬੜੇ ਸੁਨੇ ਦਿਖਦੇ ਆ, ਅੰਤਰ ਵਿੱਚ ਸਵਾ ਅੰਦਰ ਤੇ ਨਾਨਕ ਦੁਖੀਆ ਸਭ ਸੰਸਾਰ। ਮਾਇਆ ਦੀ ਲਾਲਸਾ ਦੇ ਵਿੱਚ ਨਾ ਆਨੰਦ ਹੈ ਨਾ ਸੰਤੁਸ਼ਟੀ ਹੈ, ਕਿਉਂਕਿ ਖਤਮ ਨਹੀਂ ਹੋ ਸਕਦੀ। ਤੇ ਜਿਹੜਾ ਭਾਈ ਸਾਹਿਬ ਨੇ ਸ਼ਬਦ ਪੜਿਆ ਸਤਿਗੁਰ ਕੀ ਸੇਵਾ ਗਾਖੜੀ ਸਿਰ ਦੀਜੇ ਆਪ ਗਵਾਏ ਜੀਓ, ਉਹ ਸੰਤੁਸ਼ਟੀ ਤੋਂ ਬਿਨਾਂ ਹੋ ਨਹੀਂ ਸਕਦਾ, ਉਹ ਸਮਰਪਣ ਤੋਂ ਬਿਨਾਂ ਹੋ ਨਹੀਂ ਸਕਦਾ। ਸਮਰਪਣ ਕਿਵੇਂ ਆ ਸਕਦਾ, ਸ਼ਬਦ ਮਰੇ ਫਿਰ ਜੀਵੇ ਸਾਥੀ ਤਾਂ ਫਿਰ ਮਰਨ ਨਾ ਹੋਈ, ਸ਼ਬਦ ਤੋਂ ਬਿਨਾਂ ਸਮਰਪਣ ਨਹੀਂ ਆ ਸਕਦਾ। ਹੁਣ ਨੰਦ ਲਾਲ ਕਹਿੰਦਾ ਕਿ ਜੇਕਰ ਮੇਰੇ ਕੋਲ ਸਾਰੀ ਦੁਨੀਆਂ ਦੀ ਦੌਲਤ ਹੋਵੇ ਤੇ ਪਾਤਸ਼ਾਹ ਉਹ ਤਾਂ ਤੇਰੇ ਚਿਹਰੇ ਦੇ ਉੱਪਰੋਂ ਕੁਰਬਾਨ ਕੀਤੀ ਜਾ ਸਕਦੀ, ਮੈਂ ਉਹ ਲੈ ਕੇ ਕੀ ਕਰਾਂ। ਸਿੱਖ ਦੀ ਦੂਜੀ ਮੰਗ ਕੀ ਹੁੰਦੀ ਹੈ, ਲੋਕ ਸੁਖੀਏ ਪਰ ਲੋਕ ਸਹੇਲੇ ਨਾਨਕ ਹਰ ਪ੍ਰਭ ਆਪੇ। ਜਦੋਂ ਮਨੁੱਖ ਦਾ ਮਨ ਥੋੜ੍ਹਾ ਜਿਹਾ ਮਾਇਆ ਦੀ ਪਕੜ ਤੋਂ ਉੱਪਰ ਉੱਠਦਾ ਹੈ, ਫਿਰ ਇਹ ਚਾਅ ਪੈਦਾ ਹੁੰਦਾ ਕਿ ਲੋਕ ਪਰ ਲੋਕ ਦਾ ਸੁੱਖ ਮਿਲੇ। ਤੇ ਨੰਦ ਲਾਲ ਕਹਿੰਦਾ ਹਰ ਦੋ ਆਲਮ ਕੀਮਤੇ, ਪਾਤਸ਼ਾਹ ਜੇ ਮੇਰੇ ਕੋਲ ਲੋਕ ਤੇ ਪਰ ਲੋਕ ਹੋਣ, ਉਹ ਤਾਂ ਤੇਰੇ ਕੇਸਾਂ ਦੀ ਇੱਕ ਤਾਰ ਦੇ ਉੱਪਰੋਂ ਕੁਰਬਾਨ ਕੀਤੇ ਜਾ ਸਕਦੇ। ਤੇ ਸਿੱਖ ਦੀ ਸਭ ਤੋਂ ਵੱਡੀ ਮੰਗ ਕੀ ਹੁੰਦੀ ਹੈ, ਪ੍ਰਭ ਕੀਜੇ ਕਿਰਪਾ ਨਿਧਾਨ, ਹਮ ਹਰ ਗੁਣ ਗਾਵੇਂਗੇ, ਹਉ ਤੁਮਰੀ ਕਰੋ ਮਿਤ ਆਸ, ਪ੍ਰਭ ਮੋਹੇ ਗੱਪ ਗੱਲ ਲਾਵੇਂਗੇ। ਤੇ ਪਾਤਸ਼ਾਹ ਤੂੰ ਗੱਲ ਦੇ ਨਾਲ ਗਾ ਲਿਆ, ਹੁਣ ਤੂੰ ਦੱਸ ਮੰਗ ਕਿਹੜੀ ਲਈ। ਮੰਗ ਤਾਂ ਨਹੀਂ ਹੋਈ, ਸਭ ਤੋਂ ਵੱਡੀ ਸਿੱਖ ਦੀ ਮੰਗ ਤਾਂ ਇਹ ਹੁੰਦੀ ਹੈ ਨਾ ਕਿ ਪ੍ਰਭ ਮੋਹੇ ਗੱਪ ਗੱਲ ਲਾਵੇਂਗੇ। ਤੂੰ ਗੱਲ ਦੇ ਨਾਲ ਗਾ ਲਿਆ, ਹੁਣ ਮੰਗ ਰਹੀ ਕਿਹੜੀ ਦੱਸ। ਗੁਰੂ ਕਹਿ ਰਿਹਾ ਮੰਗ, ਸਿੱਖ ਕਹਿ ਰਿਹਾ ਕੀ ਮੰਗਾ, ਕੁਛ ਨਹੀਂ ਸੰਤੁਸ਼ਟੀ ਹੈ। ਕਦੀ ਹੋ ਸਕਦਾ ਸਾਡੀਆਂ ਗੁਰੂ ਦੇ ਸਾਹਮਣੇ ਆ ਕੇ ਮੰਗਾਂ ਮੁੱਕ ਜਾਣ, ਮੰਗਣਾ ਵੀ ਗੁਰੂ ਦੇ ਕੋਲ ਹੁੰਦਾ ਕੋਈ ਸ਼ੱਕ ਨਹੀਂ, ਪਰ ਸਾਡੀਆਂ ਜ਼ਰੂਰਤਾਂ ਤੱਕ ਮੰਗਾਂ ਨਹੀਂ ਹੈ, ਜ਼ਰੂਰਤਾਂ ਤੋਂ ਅੱਗੇ ਜਾ ਕੇ ਜਿੱਥੇ ਸੰਤੁਸ਼ਟੀ ਨਹੀਂ ਮਿਲਦੀ। ਇਹ ਇਸਦਾ ਕਾਰਨ ਹੈ, ਹਰ ਕੇ ਨਾਮ ਬਿਨਾਂ ਦੁੱਖ ਭਾਵ ਹੈ, ਸੁੱਖ ਇਸ ਕਰਕੇ ਨਹੀਂ। ਆਮ ਜੀਵਨ ਦੀਆਂ ਮੰਗਾਂ ਗੁਰੂ ਪੂਰੀਆਂ ਕਰ ਰਿਹਾ, ਪਰ ਮੰਗਾਂ ਤੋਂ ਅਗਲੀਆਂ ਮੰਗਾਂ ਚਾਹੀਦੀਆਂ ਜਿਹੜੀਆਂ ਹੱਦਾਂ ਤੋਂ ਬਾਹਰ ਨੇ, ਜਿੱਥੇ ਸੰਤੁਸ਼ਟੀ ਨਹੀਂ ਹੈ ਉਹਦੇ ਕਰਕੇ ਜੀਵਨ ਦੇ ਵਿੱਚ ਆਨੰਦ ਨਹੀਂ ਹੈ, ਰੂਹਾਨੀਅਤ ਦਾ ਫਾਇਦਾ ਨਹੀਂ ਹੈ। ਅਸੀਂ ਹਾਲਾਤ ਉਸੇ ਵਿੱਚ ਹਾਂ ਕਿ ਖੇਤੇ ਅੰਦਰ ਛੁੱਟੀਆਂ, ਕਹੋ ਨਾਨਕ ਸੌਦਾ ਫਲੀਏ ਫੁਲੀਏ ਪੱਪੜੇ, ਪੀ ਤਾਂ ਵਿੱਚ ਸਵਾ ਅੰਦਰੋਂ ਖਾਲੀਆਂ ਸੀ। ਜਿਸ ਤਰ੍ਹਾਂ ਗੁਰੂ ਨਾਨਕ ਸੱਚੇ ਪਾਤਸ਼ਾਹ ਕਹਿੰਦੇ ਨੇ, ਕੋਠੀ ਮੰਡਪ ਮਾੜੀਆਂ ਬਾਹਰੋਂ ਚਿੱਟੀਆਂ, ਢੱਠੀਆਂ ਕਾਪਣਾ ਆਪਣੀ ਵਿੱਚੋਂ ਸੱਖਣੀਆਂ, ਬਾਹਰੋਂ ਬੜਾ ਸ਼ਿੰਗਾਰ ਬੜੇ ਸੁਰਸ਼, ਆਤਮਾ ਸਿੱਖਣੀ ਪਈ। ਆਤਮਾ ਜੋ ਉਸੇ ਘਰ ਦੀ ਤਰ੍ਹਾਂ ਹੈ ਜਿਹਦਾ ਇਨਫਰਾਸਟ੍ਰਕਚਰ ਵੀ ਬੜਾ ਸੋਹਣਾ ਹੋਵੇ, ਜਿਹਦੀ ਇੰਟੀਰੀਅਰ ਡੈਕੋਰੇਸ਼ਨ ਵੀ ਬੜੀ ਸੋਹਣੀ ਹੋਵੇ, ਪਰ ਉਸ ਘਰ ਨੂੰ ਕਰਨਾ ਕੀ ਹੈ ਜਿਹਦੇ ਵਿੱਚ ਵਾਸੀ ਕੋਈ ਨਹੀਂ ਹੈ। ਕੋਠੇ ਮੰਡਪ ਮਾੜੀਆਂ ਬਾਹਰੋਂ ਚਿੱਠੀਆਂ, ਢੱਠੀਆਂ ਕਾਮਨਾ ਆਵਣੀ ਵਿੱਚੋਂ ਸੱਖਣੀਆਂ ਅੰਦਰੋਂ ਸੱਖਣੀਆਂ। ਹੁਣ ਨੰਦ ਲਾਲ ਕਹਿ ਰਿਹਾ ਕਹਿੰਦਾ ਕੀ ਮੰਗਾਂ,
ਤੇ ਮੁਸਕਰਾ ਕੇ ਗੁਰਦੇਵ ਪਾਤਸ਼ਾਹ ਜੀ ਤੇ ਨੰਦ ਲਾਲ ਫਿਰ ਮੇਰੀ ਵੀ ਜਿੱਦ ਹੈ ਕੁਛ ਤੇ ਮੰਗਣਾ ਹੀ ਹੋਵੇਗਾ। ਨੰਦ ਲਾਲ ਕਹਿੰਦਾ ਜੇ ਜਿੱਦ ਹੈ ਤੇ ਫਿਰ ਇੱਕ ਮੰਗ ਮੇਰੀ ਨਾ ਲੋਕ ਮੰਗਣਾ ਨਾ ਪਰਲੋਕ ਨਾ ਪੈਸਾ ਨਾ ਬੁਲਾ ਗੁਰੂ ਕਿਰਪਾ ਕਰੇ ਕਿਤੇ ਸਾਡੀ ਮੰਗ ਵੀ ਨੰਦ ਲਾਲ ਵਰਗੀ ਬਣ ਜਾਵੇ। ਗੁਰੂ ਕਿਰਪਾ ਕਰੇ ਨੰਦ ਲਾਲ ਦੀ ਮੰਗ ਕੀ ਹੈ? ਨੰਦ ਲਾਲ ਕਹਿੰਦਾ ਬਬਰ ਐ ਬਾਤ ਖਾਕਮ ਅੱਜ ਦਰ ਦੂਸ਼ਣ ਦੁਸ਼ਮਣ ਸਰਜਨ ਸ਼ੁਕਰਤ ਕੇ ਉਹਰ ਜਾਈ ਦਾਸ ਹੈ। ਕਲਗੀਧਰ ਪਾਤਸ਼ਾਹ ਜਦੋਂ ਮੈਂ ਮਰ ਜਾਵਾਂ ਹੁਣ ਖਿਆਲ ਕਰੇ ਇਹਨੂੰ ਕਹਿੰਦੇ ਸਤਿਗੁਰ ਕੀ ਸੇਵਾ ਕਰਕੜੀ ਸਿਰ ਦੀਜੇ ਆਪ ਗੁਵਾਰੇ ਜੀਓ। ਹੁਣ ਸਿਰ ਦੇਣ ਦੀ ਸਮਰੱਥਾ ਕਿੱਥੋਂ ਆ ਗਈ? ਕਿਉਂਕਿ ਸ਼ਬਦ ਮਿਲ ਗਿਆ, ਸੰਪੂਰਨ ਗੁਰੂ ਮਿਲ ਗਿਆ। ਨਹੀਂ ਤੇ ਨੰਦ ਲਾਲ ਤਾਂ ਮੌਤ ਤੋਂ ਡਰਦਾ ਗੁਰੂ ਦੇ ਕੋਲ ਆਇਆ ਸੀ, ਹੁਣ ਗੁਰੂ ਕਹਿ ਰਿਹਾ ਕੁਛ ਮੰਗ ਤੇ ਨੰਦ ਲਾਲ ਮੌਤ ਮੰਗ ਰਿਹਾ, ਖੇੜੀ ਉੱਠ ਗਈ। ਮੌਤ ਤੋਂ ਡਰਦਾ ਗੁਰੂ ਦੀ ਸ਼ਰਨ ਚ ਆਇਆ ਸੀ, ਹੁਣ ਗੁਰੂ ਕਹਿ ਰਿਹਾ ਕੁਛ ਮੰਗ ਤੇ ਨੰਦ ਲਾਲ ਗੱਲ ਹੀ ਮੌਤ ਤੋਂ ਸ਼ੁਰੂ ਕਰ ਰਿਹਾ। ਕਿਉਂਕਿ ਹੁਣ ਨੰਦ ਲਾਲ ਨੂੰ ਇਹ ਪਤਾ ਲੱਗ ਗਿਆ ਕਿ ਗੁਰੂ ਦੇ ਪਿਆਰ ਦੀ ਖੇਡ ਦੀ ਜਿਹੜੀ ਸ਼ਰਤ ਹੈ ਉਹ ਸਿਰ ਹੈ। ਜਾਓ ਤਾਂ ਪ੍ਰੇਮ ਖੇਡਣ ਕਰ ਜਾਓ, ਸਿਰ ਧਰ ਦਲੀ ਗਲੀ ਬਲੀ ਆਓ, ਇਤ ਮਾਰਗ ਪੈਰ ਧਰੀਜੇ, ਸਿਰ ਦੀਜੇ ਕਾਂਡ ਨਾ ਕੀਜੇ। ਨੰਦ ਲਾਲ ਨੂੰ ਕਹਿੰਦਾ ਕਹਿੰਦਾ ਬਬਰ ਹੈ ਬਾਤ ਖਾਤੋਂ ਅੱਜ ਤਰ ਦੂਸ਼ਕ ਦੁਸ਼ਮਣ ਸਰਜਨ ਸ਼ੁਕਰਤ ਕੇ ਉਪਰ ਜਾਈ ਦੱਸ। ਪਾਤਸ਼ਾਹ ਮੈਂ ਮਰ ਜਾਵਾਂ, ਮੇਰਾ ਸਰੀਰ ਸੜ ਜਾਵੇ, ਸਰੀਰ ਸੜਨ ਤੋਂ ਬਾਅਦ ਮੈਂ ਬਰ ਹੈ ਬਾਤ ਖਾਤੋਂ ਜਿਹੜੀ ਖਾਕ ਰਹਿ ਜਾਵੇ ਨਾ, ਜਿਹੜੀ ਸਵਾਹ ਰਹਿ ਜਾਵੇ, ਪਾਤਸ਼ਾਹ ਕਿਰਪਾ ਕਰੀ ਜੇ ਉਹ ਉੱਡ ਕੇ ਕਿਤੇ ਲੱਗੇ ਨਾ ਤੇ ਤੇਰੇ ਗੁਰਸਿੱਖਾਂ ਦੇ ਪੈਰਾਂ ਤੋਂ ਬਿਨਾਂ ਕਿਸੇ ਹੋਰ ਨੂੰ ਨਾ ਲੱਗੇ। ਇਹ ਨੰਦ ਲਾਲ ਦੀ ਮਰਨ ਤੋਂ ਬਾਅਦ ਜਿਹੜੀ ਮੇਰੀ ਖਾਕ ਵੀ ਹੈ ਨਾ ਉਹ ਵੀ ਜੇ ਕਿਸੇ ਦੇ ਪੈਰਾਂ ਨੂੰ ਲੱਗੇ ਨਾ ਤੇਰੇ ਸਿੱਖਾਂ ਦੇ ਪੈਰਾਂ ਨੂੰ ਲੱਗੇ। ਹੁਣ ਇਹ ਅਵਸਥਾ ਕਿੱਥੋਂ ਆਉਂਦੀ ਹੈ? ਜਿੱਥੇ ਮਨੁੱਖ ਮੌਤ ਦੇ ਭੈਣ ਤੋਂ ਮੁਕਤ ਹੋ ਜਾਂਦਾ ਹੈ, ਜਿਸ ਅਵਸਥਾ ਵਿੱਚ ਅਸੀਂ ਜਾ ਕੇ ਕਬੀਰ ਸਾਹਿਬ ਕਹਿੰਦੇ ਜਿਸ ਮਰਨੇ ਤੇ ਜਗ ਗਏ ਮੇਰੇ ਮਨ ਆਨੰਦ, ਮਰਨੇ ਹੀ ਤੇ ਪਾਈਏ ਪੂਰਨ ਪਰਮ ਆਨੰਦ। ਤੇ ਜੇਕਰ ਇਸ ਆਨੰਦ ਦੀ ਅਵਸਥਾ ਵਿੱਚ ਰਹਿਣਾ, ਗੁਰਬਾਣੀ ਦਾ ਇੱਕ ਸ਼ਬਦ ਹੈ ਲੋਕਨ ਸਿਉ ਮੇਰਾ ਠਾਠਾ ਪਾ ਗਿਆ। ਲੋਕਾਂ ਨੂੰ ਵੇਖਣ ਨੂੰ ਮੈਂ ਬੜਾ ਸੁੰਦਰ ਲੱਗ ਰਿਹਾ ਪਰ ਨਾਮ ਨਾਮ ਮੇਰੋ ਮਨ ਲੱਗਾ, ਪਰ ਅੰਦਰ ਆਨੰਦ ਹੈ। ਪਾਤਸ਼ਾਹ ਇਹ ਨਹੀਂ ਕਹਿੰਦੇ ਕਿ ਸੁੰਦਰ ਦਸਤਕ ਨਾ ਪਾਓ, ਪਾਤਸ਼ਾਹ ਇਹ ਨਹੀਂ ਕਹਿੰਦੇ ਕਿ ਸੋਹਣੀ ਜ਼ਿੰਦਗੀ ਨਾ ਜੀਓ, ਪਾਤਸ਼ਾਹ ਕਹਿੰਦੇ ਠਾਠ ਹੋਣਾ ਚਾਹੀਦਾ ਪਰ ਨਾਮ ਦਾ ਰੰਗ ਵੀ ਹੋਣਾ ਚਾਹੀਦਾ। ਜ਼ਿੰਦਗੀ ਦੇ ਵਿੱਚ ਰੁਬਾਨੀਅਤ ਦਾ ਖੇੜਾ ਵੀ ਚਾਹੀਦਾ, ਔਰ ਉਹ ਖੇੜਾ ਸਿਰਫ ਪੈਸੇ ਦਾ ਨਹੀਂ ਦੱਸ ਸਕਦਾ। ਉਸ ਖੇੜੇ ਦਾ ਸਬਦ ਕੀ ਹੈ? ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਬਾਹਰ ਖੜੇ ਨੇ, ਭਾਈ ਦਇਆ ਸਿੰਘ ਨਾਲ ਹੈ, ਭਾਈ ਮਾਨ ਸਿੰਘ ਨਾਲ, ਭਾਈ ਨੰਦ ਲਾਲ ਨਾਲ, ਕੀ ਵੇਖਦੇ ਨੇ? ਕਿਸੇ ਦਾ ਜਨਾਜ਼ਾ ਜਾ ਰਿਹਾ, ਕਿਸੇ ਦੀ ਮੌਤ ਹੋਈ ਹੈ, ਜਨਾਜ਼ਾ ਜਾ ਰਿਹਾ, ਬੜੇ ਲੋਕ ਨੇ ਪਿੱਛੇ। ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਭਾਈ ਦਇਆ ਸਿੰਘ ਨੂੰ ਪੁੱਛਦੇ ਨੇ ਕਿਸ ਦੀ ਮੌਤ ਹੋਈ ਹੈ, ਕਿਸ ਦਾ ਜਨਾਜ਼ਾ ਜਾ ਰਿਹਾ, ਕਿਸ ਦੀ ਅਰਥੀ ਜਾ ਰਹੀ ਹੈ। ਪਾਤਸ਼ਾਹ ਬੜਾ ਅਮੀਰ ਸੀ, ਬਹੁਤ ਪੈਸਾ ਸੀ, ਫਲਾਣੇ ਮੁਹੱਲੇ ਦੇ ਵਿੱਚ ਰਹਿੰਦਾ ਸੀ, ਬਹੁਤ ਜ਼ਿਆਦਾ ਪੈਸਾ ਜੋੜਿਆ ਸੀ, ਬੜਾ ਕੁਛ ਸੀ। ਪਾਤਸ਼ਾਹ ਮੁਸਕਰਾ ਰਿਹਾ, ਹੁਣ ਖਿਆਲ ਕਰੋ ਅਰਥੀ ਜਾਂਦੀ ਹੋਵੇ, ਜਨਾਜ਼ਾ ਜਾਂਦਾ ਹੋਵੇ ਤੇ ਗੁਰੂ ਦੇ ਚਿਹਰੇ ਤੇ ਮੁਸਕਰਾ ਕੇ ਜਾਵੇ। ਦਇਆ ਸਿੰਘ ਤੋਂ ਰਿਹਾ ਨਾ ਗਿਆ, ਬੜੇ ਪਿਆਰ ਦੇ ਨਾਲ ਕਹਿੰਦਾ ਪਾਤਸ਼ਾਹ ਤੁਸੀਂ ਪੁੱਛਿਆ ਕਿਸ ਦੀ ਮੌਤ ਹੋਈ ਹੈ, ਮੈਂ ਦੱਸ ਦਿੱਤਾ ਕਿ ਫਲਾਣਾ ਸੀ। ਤੁਸੀਂ ਮੁਸਕਰਾਏ ਕਿਉਂ? ਇਸ ਰਮਸ ਦਾ ਜਵਾਬ ਦਿਓ, ਤੁਸੀਂ ਮੁਸਕਰਾਏ ਕਿਉਂ? ਪਾਤਸ਼ਾਹ ਕਹਿੰਦੇ ਕਬਹੂ ਰਣ ਜੂਝਿਓ ਨਹੀਂ, ਕਸ਼ੂ ਦੇ ਜਸ ਨਹੀਂ, ਗਾਂਵ ਬਸਤ ਜਾਣਿਓ ਨਹੀਂ, ਜਮਕੋ ਕਿਨ ਕਹਿਦੀ। ਕਹਿੰਦੇ ਮੈਂ ਤੇ ਹੈਰਾਨ ਇਸ ਗੱਲ ਤੋਂ ਹਾਂ ਕਿ ਇਸ ਮਨੁੱਖ ਨੂੰ ਮੈਂ ਕਦੀ ਵੀ ਮਨੁੱਖਤਾ ਦੇ ਵਾਸਤੇ ਲੜਦਾ ਨਹੀਂ ਵੇਖਿਆ, ਇਸ ਮਨੁੱਖ ਨੂੰ ਮੈਂ ਕਦੀ ਵੀ ਕਸ਼ੂ ਦੇ ਜਸ ਨਹੀਂ, ਕਦੀ ਵੀ ਇਸ ਨੂੰ ਮੈਂ ਮਨੁੱਖਤਾ ਦੀ ਸੇਵਾ ਕਰਦਾ ਨਹੀਂ ਵੇਖਿਆ। ਇਹ ਤਾਂ ਸੰਸਾਰ ਦੇ ਵਿੱਚ ਗਿਣਾਇਆ ਨਹੀਂ ਜਾ ਸਕਦਾ, ਜਣਾਇਆ ਨਹੀਂ ਜਾ ਸਕਦਾ, ਕਿਉਂਕਿ ਨਾ ਤਾਂ ਇਹ ਆਪਣੇ ਵਿਕਾਰਾਂ ਦੇ ਨਾਲ ਲੜਿਆ, ਨਾ ਸੰਸਾਰ ਦੇ ਹੱਕਾਂ ਦੇ ਵਾਸਤੇ ਲੜਿਆ, ਨਾ ਇਹਨੇ ਗਰੀਬਾਂ ਦੀ ਸੇਵਾ ਕੀਤੀ,
ਮੈਨੂੰ ਇਹਦੇ ਘਰ ਦਾ ਪਤਾ ਨਹੀਂ, ਸ਼ਾਇਦ ਜਿਹਨਿਆਂ ਇਹਦੇ ਘਰ ਦਾ ਪਤਾ ਜਮਾਂ ਨੂੰ ਕਿਹਨੇ ਦੱਸ ਦਿੱਤਾ? ਇਹ ਤਾਂ ਸੰਸਾਰ ਚ ਆਉਣ ਦਾ ਲਾਭ ਵੀ ਕੀ ਸੀ, ਤਾਂ ਪਹਿਲਾਂ ਹੀ ਮਰਿਆ ਹੋਇਆ ਸੀ। ਕਪੂਰਨ ਜੂਝਿਓ ਨਹੀਂ ਕਛੂ ਤੇ ਜਸ ਨਹਿਨ, ਗਾਂ ਬਸ ਜਾਣਿਓ ਨਹੀਂ ਚੰਪ ਕਿਨ ਕਹਿ ਤੀ। ਸੋ ਜਦੋਂ ਇਹ ਅਵਸਥਾ ਪੈਦਾ ਹੁੰਦੀ ਹੈ ਮਨੁੱਖ ਦੀ ਮਾਨਸਿਕਤਾ ਦੇ ਵਿੱਚ, ਫਿਰ ਮੌਤ ਦਾ ਭੈ ਖਤਮ ਹੋ ਜਾਂਦਾ ਹੈ। ਫਿਰ ਤੇ ਮਨ ਦੇ ਵਿੱਚ ਅਵਸਥਾ ਪਤਾ ਕਿਹੜੀ ਹੁੰਦੀ ਹੈ? ਮੋਹੇ ਮਰਨੇ ਕਾ ਚਾਉ, ਮਰੂ ਤੋਂ ਹਰ ਕੇ ਦੁਆਰ, ਮਤ ਹਰ ਪੁੱਛੇ ਕੌਣ ਹੈ ਪਰਾ ਹਮਾਰੇ ਪਾਸ। ਫਿਰ ਤਾਂ ਇਹ ਅਵਸਥਾ ਆਉਂਦੀ ਹੈ 5 ਮਾਰਚ 1716 ਦਿੱਲੀ ਸ਼ਹਿਰ, ਦਿੱਲੀ ਦਾ ਬਾਦਸ਼ਾਹ ਪਰਸ਼ਿਸ਼, ਦਿੱਲੀ ਦਾ ਫੌਜਦਾਰ ਸਰਪਰਾ ਖਾਨ, ਦਿੱਲੀ ਦਾ ਸੈਨਾਪਤੀ ਕਮਰਉਦੀਨ ਮੀਰਾਤਸ਼, ਦਿੱਲੀ ਦਾ ਦਰਬਾਰੀ ਰਤਨ ਚੰਦ ਕੌਰ ਪੰਡਿਤ ਨਹਿਰੂ ਪਰਿਵਾਰ ਦੇ ਵਿੱਚ ਇਹਨਾਂ ਦਾ ਵੱਡਾ ਵਡੇਰਾ, ਤੇ ਉਸ ਵੇਲੇ ਦਾ ਲਿਖਾਰੀ ਅਮੀਨ ਖਾਨ, ਹਾਜ਼ੀ ਕਾਮਬਾਰ ਖਾਨ, ਮੁਹੰਮਦ ਕਾਸਿਮ ਮਾਸੀ, ਮੁਹੰਮਦ ਕਾਸਿਮ ਲਾਹੌਰੀ, ਗੁਲਾਮ ਹੁਸੈਨ, ਖਾਫੀ ਖਾਨ ਖੜੇ ਨੇ ਜਿੱਥੇ ਅੱਜ ਦਿੱਲੀ ਦੀ ਪਬਲਿਕ ਲਾਇਬ੍ਰੇਰੀ ਹੈ। ਕਿਉਂ ਖੜੇ ਨੇ? ਕਿਉਂਕਿ ਅੱਜ ਇੱਥੇ 100 ਸਿੱਖਾਂ ਨੂੰ ਕਤਲ ਕੀਤੇ ਜਾ ਰਿਹਾ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਲ। 15 ਦਸੰਬਰ 1715 ਨੂੰ ਗੁਰਦਾਸ ਸਿੰਘ ਦੀ ਗੜੀ ਦੇ ਵਿੱਚ 700 ਸਿੱਖ ਗ੍ਰਿਫਤਾਰ ਕੀਤੇ। ਉਹਨਾਂ 700 ਸਿੱਖਾਂ ਦੇ ਵਿੱਚੋਂ ਬਾਦਸ਼ਾਹ ਨੇ ਹੁਕਮ ਦੇ ਦਿੱਤਾ ਕਿ ਇਹਨਾਂ ਸਾਰਿਆਂ ਨੂੰ ਰੋਜ਼ 100 ਸਿੱਖ ਨੂੰ ਕਤਲ ਕੀਤਾ ਜਾਵੇ ਤੇ ਜਿਹੜਾ ਦੀਨੇ ਸਾਹਿਬ ਕਬੂਲ ਕਰ ਲਵੇ ਉਸਨੂੰ ਛੱਡ ਦਿੱਤਾ ਜਾਵੇ। ਪਹਿਲੇ 100 ਸਿੱਖ ਕੋਤਵਾਲੀ ਚੋਂ ਕੱਢ ਕੇ ਲਿਆਉਂਦੇ ਨੇ, ਅੱਜ ਉਹਨਾਂ ਸਿੱਖਾਂ ਦੀ ਲਾਈਨ ਲੱਗੀ ਹੈ। ਇੱਕ ਪਾਸੇ ਕਿਰਪਾਨ ਲੈ ਕੇ ਜ਼ਰਾਦ ਖੜਾ ਹੈ, ਇੱਕ ਪਾਸੇ ਕੁਰਾਨ ਲੈ ਕੇ ਕਾਜ਼ੀ ਖੜਾ ਹੈ। ਪਹਿਲੇ ਸਿੱਖ ਨੂੰ ਬੁਲਾਇਆ ਗਿਆ, ਕਾਜ਼ੀ ਕਹਿੰਦਾ ਉਹ ਸਿੱਖ ਜਿੱਥੇ ਜਾਨ ਬਚਾਉਣੀ ਹੈ ਤੇ ਕਲਮਾ ਏ ਕੁਰਾਨ ਪੜ੍ਹ ਕੇ ਮੇਰੇ ਪਾਸੇ ਆ ਜਾ, ਜੇ ਜਾਨ ਨਹੀਂ ਬਚਾਉਣੀ ਕਿਰਪਾਨ ਵਾਲੇ ਪਾਸੇ ਚਲਾ ਜਾ। ਸਿੱਖ ਕਿਰਪਾਨ ਵਾਲੇ ਪਾਸੇ ਗਿਆ, ਜ਼ਲਾਦ ਨੇ ਵਾਰ ਕੀਤਾ, ਸਿਰ ਧੜਕ ਜੁਦਾ ਹੋ ਗਿਆ। ਦੂਸਰਾ ਆਇਆ ਅੱਗੇ, ਫਿਰ ਉਹੀ ਸਵਾਲ, ਜਾਨ ਬਚਾਉਣੀ ਹੈ ਤੇ ਕੁਰਾਨ ਵਾਲੇ ਪਾਸੇ, ਨਹੀਂ ਬਚਾਉਣੀ ਕਿਰਪਾਨ ਵਾਲੇ ਪਾਸੇ। ਸਿੱਖ ਕਿਰਪਾਨ ਵਾਲੇ ਪਾਸੇ ਗਿਆ, ਵਾਰ ਗਿਆ, ਸਿਰ ਧੜਕ ਜੁਦਾ ਹੋ ਗਿਆ। ਤੀਸਰਾ, ਚੌਥਾ, ਪੰਜਵਾਂ, ਸਾਰੇ ਕਿਰਪਾਨ ਵਾਲੇ ਪਾਸੇ, ਅਖੀਰ 6ਵੇਂ ਨੇ ਹੱਥ ਖੜਾ ਕੀਤਾ, ਕਾਜ਼ੀ ਸਾਹਿਬ ਇੱਕ ਮਿੰਟ ਰੁਕੋ। ਕਾਜ਼ੀ ਰੁਕਿਆ, ਕਹਿੰਦਾ ਕਿਸੇ ਵੀ ਮਰਨ ਵਾਲੇ ਵਿਅਕਤੀ ਨੂੰ ਉਹਦੀ ਆਖਰੀ ਇੱਛਾ ਪੁੱਛੀ ਜਾਂਦੀ ਹੈ, ਲਾਸਟ ਵਿਸ਼। ਤੁਸੀਂ ਮੇਰੀ ਆਖਰੀ ਇੱਛਾ ਨਹੀਂ ਪੁੱਛੋਗੇ? ਕਹਿੰਦਾ ਹਾਂ ਬਿਲਕੁਲ ਪੁੱਛੂਗਾ, ਪਰ ਕਹਿੰਦਾ ਪਹਿਲਾਂ ਇਕਰਾਰ ਕਰੋ, ਪ੍ਰੋਮਿਸ ਕਰੋ ਕਿ ਜਿਹੜੀ ਮੇਰੀ ਆਖਰੀ ਇੱਛਾ ਹੋਵੇਗੀ ਤੁਸੀਂ ਪੂਰੀ ਕਰੋਗੇ। ਜਿਹੜਾ ਮਕਤਲ ਹੋਵੇ, ਜਿੱਥੇ ਕਤਲ ਕੀਤੇ ਜਾ ਰਹੇ ਹੋ, ਉੱਥੇ ਕਤਲ ਹੋਣ ਵਾਲਾ ਵਿਅਕਤੀ ਮਕਤੂਲ, ਜੇਕਰ ਇਹ ਗੱਲ ਕਰੇ ਮੇਰੀ ਆਖਰੀ ਇੱਛਾ ਹੈ, ਮਰਨ ਦੇ ਸਮੇਂ ਆਖਰੀ ਇੱਛਾ ਤਾਂ ਜੀਵਨ ਹੀ ਹੋ ਸਕਦਾ ਹੈ, ਜ਼ਿੰਦਗੀ ਹੀ ਹੋ ਸਕਦੀ ਹੈ। ਕਾਜ਼ੀ ਖੁਸ਼ ਹੋਇਆ, ਕਮ ਸੇ ਕਮ ਇੱਕ ਸਿੱਖ ਤਾਂ ਕਹਿਣ ਲੱਗਾ ਕਿ ਮੇਰੀ ਆਖਰੀ ਇੱਛਾ ਹੈ, ਇਹ ਜ਼ਰੂਰ ਜ਼ਿੰਦਗੀ ਦੀ ਭੀਖ ਮੰਗੇਗਾ ਤੇ ਇਹਦੀ ਜ਼ਿੰਦਗੀ ਦੀ ਭੀਖ ਮੰਗਣੀ ਸਾਡੀ ਜਿੱਤ ਹੈ। ਕਾਜ਼ੀ ਕਹਿੰਦਾ ਮੈਂ ਮੁਕੱਦਸ ਕੁਰਾਨ ਸ਼ਰੀਫ ਨੂੰ ਹੱਥ 'ਚ ਫੜਿਆ ਹੋਇਆ, ਮੈਂ ਆਪਣੀ ਇਸ ਪਾਕ ਮੁਕੱਦਸ ਕੁਰਾਨ ਸ਼ਰੀਫ ਦੀ ਕਸਮ ਖਾ ਕੇ ਕਹਿੰਦਾ ਤੇਰੀ ਜਿਹੜੀ ਵੀ ਮੰਗ ਹੋਵੇਗੀ ਪੂਰੀ ਕੀਤੀ ਜਾਵੇਗੀ। ਕਹਿੰਦਾ ਕਾਜ਼ੀ ਸਾਹਿਬ ਫਿਰ ਮੇਰੀ ਮੰਗ ਹੈ ਕਿ ਤੁਸੀਂ ਹਰ ਸਿੱਖ ਨੂੰ ਵਾਰ ਵਾਰ ਪੁੱਛ ਕੇ ਕਿ ਦੀਨੇ ਇਸਲਾਮ ਕਬੂਲ ਕਰਨਾ ਹੈ ਜਾਂ ਮੌਤ ਕਬੂਲ ਕਰਨੀ ਹੈ, ਆਪਣਾ ਤੇ ਸਾਡਾ ਵਕਤ ਬਰਬਾਦ ਨਾ ਕਰੋ, ਅਸੀਂ ਸਾਰਿਆਂ ਨੇ ਹੀ ਮੌਤ ਕਬੂਲ ਕਰਨੀ ਹੈ, ਕਿਸੇ ਨੇ ਵੀ ਦੀਨੇ ਇਸਲਾਮ ਕਬੂਲ ਨਹੀਂ ਕਰਨਾ, ਅਸੀਂ ਸਾਰਿਆਂ ਨੇ ਹੀ ਮੌਤ ਕਬੂਲ ਕਰਨੀ ਹੈ। ਸੋ ਜਿਹੜੇ ਸ਼ਬਦ ਦੇ ਨਾਲ ਜੁੜ ਜਾਂਦੇ ਨੇ ਗਾਖਣੀ ਇਸ ਕਰਕੇ ਹੈ ਕਿਉਂਕਿ ਔਖੀ ਹੈ, ਔਖੀ ਇਸ ਕਰਕੇ ਲੱਗਦੀ ਹੈ ਕਿ ਸ਼ਬਦ ਦੇ ਨਾਲ ਨਹੀਂ ਜੁੜੇ, ਤੇ ਜਿਸ ਦਿਨ ਸ਼ਬਦ ਦੇ ਨਾਲ ਜੁੜ ਗਏ ਫਿਰ ਅਬ ਕੈਸੇ ਮਰੂ, ਮਰਨ ਮਰ ਮਾਨਿਆ ਮਰ ਮਰ ਜਾਤੇ ਜਿਨ ਰਾਮ ਨਾ ਜਾਣਿਆ। ਸ਼ਬਦ ਤੋਂ ਦੂਰ ਹੋ ਕੇ ਅਸੀਂ ਰੋਜ਼ ਜ਼ਿੰਦਗੀ ਚ ਕਿੰਨੀ ਵਾਰੀ ਮਰ ਰਹੇ ਹਾਂ ਆਖਰੀ ਤੌਰ, ਪਰ ਜਦੋਂ ਜੁੜ ਗਏ ਨਾ ਫਿਰ ਅਬ ਕੈਸੇ ਮਰੂ, ਮਰ ਮਨ ਮਾਨਿਆ ਮਰ ਮਰ ਜਾਤੇ ਜਿਨ ਰਾਮ ਨਾ ਜਾਣਿਆ,
मर्ग मर्ग कहे सब कोई सहजे मरे शब्द तेरा सहजे मरे अमर होए सोई कहे कबीर मन भया अनंदा गयो परम रहयो परम अनंदा जिस दिन शब्द नाल जुड़ोगे उधर इस सेवा कख नहीं लगेगी फिर ते आप ही कहोगे सीस वड्डे करदा सिर दीजे बिन सिर सेव करीजे।